ਹਾਂਜੀ ਸਟੂਡੈਂਟਸ ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਤੁਹਾਨੂੰ ਤਾਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਹੈਲੋ ਹਾਂ ਬੇਟੇ ਆਵਾਜ਼ ਆ ਰਹੀ ਹੈ ਹੁਣ ਓਕੇ ਠੀਕ ਹੈ ਬੇਟੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਤੋਂ ਅੱਜ ਆਪਣਾ ਜਿਹੜਾ ਇਲੈਕਟ੍ਰੋਸਟੈਟਿਕ ਦਾ ਆਪਾਂ ਰਿਵੀਜ਼ਨ ਸ਼ੁਰੂ ਕਰਨੀ ਹੈ ਇਲੈਕਟ੍ਰੋਸਟੈਟਿਕ ਦੇ ਵਿੱਚ ਆਪਾਂ ਨੂੰ ਦੋ ਕੁਐਸਚਨ ਹੋਣੇ ਆ ਇੱਕ-ਇੱਕ ਨੰਬਰ ਦੇ ਜਿਦੇ ਵਿੱਚ ਮੋਸਟ ਪ੍ਰੋਬੇਬਲੀ ਆਪਣੇ ਕੋਲੇ ਹੋਣਗੇ ਮਲਟੀਪਲ ਚੁਆਇਸ ਔਰ ਯੂ ਮੇ ਹੈ ਉਹ ਟ੍ਰੂ ਫਾਲਸ ਔਰ ਫਿਲ ਇਨ ਦੀ ਬਲੈਂਕਸ ਹੁਣ ਇਦੇ ਵਿੱਚ ਜਿਹੜੇ ਇੱਕ ਇੱਕ ਨੰਬਰ ਵਾਲੇ ਕੁਐਸਚਨ ਆ ਉਹਨਾਂ ਵਾਸਤੇ ਆਪਾਂ ਮੇਨ ਸਟ੍ਰੈਟੇਜੀ ਜਿਹੜੀ ਤਿਆਰ ਕਰਨੀ ਹੈ ਉਹ ਇਹ ਆ ਵੀ ਜਿਹੜੇ ਬਿਲਕੁਲ ਬੇਸਿਕ ਕਨਸੈਪਟਸ ਦੇ ਆਧਾਰ ਦੇ ਉੱਤੇ ਕੁਐਸਚਨ ਹੋਣਗੇ ਤੇ ਉਹ ਆਪਾਂ ਥੋੜਾ ਜਿਹਾ ਪਹਿਲਾਂ ਰੀਕੈਪਚਰੇਸ਼ਨ ਕਰਕੇ ਤੇ ਨਾਲ ਦੀ ਨਾਲ ਆਪਾਂ ਸਟਾਰਟ ਕਰਦੇ ਆ ਸੋ ਇਲੈਕਟ੍ਰੋਸਟੈਟਿਕ ਬੇਟੇ ਹੈਗੀ ਕੀ ਆ ਸੋ ਇਟ ਇਜ਼ ਦੀ ਸਟਡੀ ਆਫ ਚਾਰजेस ਐਟ ਰੈਸਟ ਚਾਰजेस ਦੀ ਆਪਾਂ ਸਟੱਡੀ ਕਰਨੀ ਆ ਜਿਹੜੇ ਰੈਸਟ ਤੇ ਹੋਣਗੇ। ਤੋਂ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਚਾਰਜਿੰਗ ਆਫ ਅ ਬਾਡੀ ਤੇ ਆ ਜਾਂਦੀ ਆ। ਚਾਰਜਿੰਗ ਆਫ ਅ ਬਾਡੀ। ਚਾਰਜਿੰਗ ਆਫ ਬਾਡੀ ਕਿਹੜੇ ਤਰੀਕੇ ਨਾਲ ਹੁੰਦੀ ਆ? ਸਭ ਤੋਂ ਪਹਿਲੀ ਆਪਾਂ ਪੜ੍ਹੀ ਸੀਗੀ ਫ੍ਰੈਕਸ਼ਨਲ ਇਲੈਕਟ੍ਰਿਸਿਟੀ ਬਾਏ ਰੱਬਿੰਗ। ਸੋ ਚਾਰਜਿੰਗ ਬਾਏ ਰੱਬਿੰਗ। ਦੂਸਰਾ ਚਾਰਜਿੰਗ ਬਾਏ ਇੰਡਕਸ਼ਨ। ਤੀਸਰਾ ਆਪਾਂ ਪੜਿਆ ਸੀ ਚਾਰਜਿੰਗ ਬਾਏ ਕੰਡਕਸ਼ਨ ਸੋ ਰਬਿੰਗ ਦੇ ਵਿੱਚ ਕੀ ਸੀਗਾ ਜਦੋਂ ਇੱਕ ਬਾਡੀ ਦੂਸਰੀ ਬਾਡੀ ਦੇ ਨਾਲ ਆਪਾਂ ਰੱਬ ਕਰਦੇ ਆ ਇੱਕ ਤੋਂ ਇਲੈਕਟ੍ਰੋਨ ਲੈ ਕੇ ਦੂਸਰੀ ਬਾਡੀ ਤੇ ਚਲੇ ਜਾਂਦੇ ਆ ਕਿਉਂਕਿ ਇਲੈਕਟ੍ਰੋਨ ਬਾਹਰ ਹੁੰਦੇ ਸਾਰੇ ਆਟਮਸ ਦੇ ਬਾਹਰ ਇਲੈਕਟ੍ਰੋਨ ਨੇ ਤੇ ਸਾਰੀਆਂ ਬਾਡੀ ਦੇ ਇਲੈਕਟ੍ਰੋ ਚਾਰਜ ਬਾਡੀਜ਼ ਦੀ ਆਪਣੇ ਆਟਮਸ ਦੀਆਂ ਬਣੀਆਂ ਹੋਈਆਂ ਤਾਂ ਬਾਹਰਲੇ ਪਾਸੇ ਕੀ ਹੋ ਗਏ ਬਾਹਰਲੇ ਪਾਸੇ ਆਪਣੇ ਕੋਲ ਸਿਰਫ ਇਲੈਕਟ੍ਰੋਨਸ ਆ ਗਏ ਤੋ ਜਦੋਂ ਇੱਕ ਬਾਡੀ ਨੂੰ ਦੂਜੀ ਬਾਡੀ ਨਾਲ ਰਗੜਾਂਗੇ ਜਿਹੜੀ ਜਿਹੜੀ ਬਾਡੀ ਦੇ ਇਲੈਕਟ੍ਰੋਨ ਲੂਜ਼ ਹੋਣਗੇ ਉਹ ਆਪਣੇ ਲੈ ਜਾਣਗੇ ਤੇ ਦੂਜੀ ਬਾਡੀ ਦੇ ਉੱਤੇ ਚਲੇ ਜਾਣਗੇ ਜਿਹੜੀ ਬਾਡੀ ਦੇ ਉੱਤੇ ਇਲੈਕਟ੍ਰੋਨ ਟਰਾਂਸਫਰ ਹੋਗੇ ਉਹਦੇ ਉੱਤੇ ਨੈਗੇਟਿਵ ਚਾਰਜ ਆ ਜਾਏਗਾ ਜਿਹੜੀ ਬਾਡੀ ਦੇ ਉੱਤੇ ਇਲੈਕਟ੍ਰੋਨ ਲਏ ਆ ਉਹਦੇ ਉੱਤੇ ਪੋਜ਼ਿਟਿਵ ਚਾਰਜ ਆ ਜਾਏਗਾ ਸੋ ਇਸ ਤਰ੍ਹਾਂ ਇਹ ਬੈਂਜਾਮਿਨ ਫ੍ਰੈਂਕਲਿਨ ਨੇ ਆਪਾਂ ਨੂੰ ਦੱਸਿਆ ਸੀਗਾ ਵੀ ਇੱਕ ਜਿਹੜੀ ਤੋਂ ਲੈ ਗਏ ਚਾਰ ਇਲੈਕਟ੍ਰੋਨ ਉਹਦੇ ਉੱਤੇ ਪੋਜ਼ਿਟਿਵ ਚਾਰਜ ਕਹਤਾ ਆਪਾਂ ਤੇ ਪੋਜ਼ਿਟਿਵ ਤੇ ਨੈਗੇਟਿਵ ਦੀ ਜਿਹੜੀ ਐਨਲੋਜੀ ਆ ਉਹ ਬੈਂਜਾਮਿਨ ਫ੍ਰੈਂਕਲਿਨ ਨੇ ਆਪਾਂ ਨੂੰ ਦੱਸੀ ਹੈ ਹੁਣ ਇਸ ਤੋਂ ਬਾਅਦ ਆਪਣੇ ਕੋਲ ਆ ਜੀ ਇਹ ਵੀ ਜਦੋਂ ਚਾਰਜਿੰਗ ਜੇ ਇੰਡਕਸ਼ਨ ਦੇ ਨਾਲ ਆਪਾਂ ਕਰਦੇ ਆ ਤਾਂ ਉਹਦੇ ਵਿੱਚ ਇਹ ਹੁੰਦਾ ਵੀ ਇੱਕ ਚਾਰਜਡ ਬੋਡੀ ਨੂੰ ਦੂਸਰੀ ਅਨਚਾਰਜਡ ਬੋਡੀ ਦੇ ਕੋਲੇ ਲੈ ਕੇ ਆਉਣੇ ਆ ਤਾਂ ਉਹਦੇ ਵਿੱਚ ਕੀ ਸਿਸਟਮ ਬਣਦਾ ਜੇ ਆਹ ਵਾਲੀ ਚਾਰਜਡ ਬੋਡੀ ਆ ਇਹਨੂੰ ਕਿਸੇ ਅਨਚਾਰਜਡ ਬੋਡੀ ਆ ਅਨਚਾਰਜਡ ਇਹਦੇ ਕੋਲੇ ਲੈ ਕੇ ਜਾਂਦੇ ਆ ਤਾਂ ਇਹਦੇ ਨੈਗੇਟਿਵ ਚਾਰजेस ਇਹਦੇ ਪੋਜ਼ੀਟਿਵਸ ਨੂੰ ਆਪਦੇ ਵੱਲ ਖਿੱਚ ਲੈਣਗੇ ਥੋੜਾ ਜਿਹਾ ਤੇ ਨੈਗੇਟਿਵ ਪਰੇ ਨੂੰ ਹੋ ਜਾਏਗਾ ਕਿਉਂਕਿ ਰਪੈਲ ਹੋ ਜਾਣਗੇ। ਤੋਂ ਇਸ ਕਰਕੇ ਜੇ ਹੁਣ ਆਪਾਂ ਦੇਖੀਏ ਤਾਂ ਇਹ ਇੰਡਕਸ਼ਨ ਦੇ ਨਾਲ ਚਾਰजेस ਦੋਨੇ ਸੈਪਰੇਟ ਆਊਟ ਹੋ ਗਏ ਇੱਦਾਂ। ਸੈਪਰੇਟ ਹੋ ਗਏ ਤਾਂ ਆਪਾਂ ਜੇ ਇੱਕ ਨੂੰ ਇਹਦੇ ਵਿੱਚੋਂ ਅਰਥ ਕਰਦੀਏ ਮੰਨ ਲਓ ਨੈਗੇਟਿਵ ਨੂੰ ਅਰਥ ਕਰਦੀਏ ਤਾਂ ਨੈਗੇਟਿਵ ਚਾਰਜ ਸਾਰਾ ਅਰਥ ਚਲਾ ਜਾਊਗਾ ਤੇ ਇਹ ਬਾਡੀ ਆ ਜਿਹੜੀ ਉਹ ਸਾਡੇ ਕੋਲ ਕੀ ਰਹਿ ਜਾਊਗੀ? ਪੋਜੀਟਿਵਲੀ ਚਾਰਜ ਰਹੇ ਜੂਗੀ ਆਪਾਂ ਕਹ ਦਿੰਨੇ ਆ ਚਾਰਜਿੰਗ ਬਾਏ ਇੰਡਕਸ਼ਨ ਹੋ ਗਿਆ ਤੀਸਰਾ ਪੁਆਇੰਟ ਸੀਗਾ ਆਪਣੇ ਕੋਲੇ ਚਾਰਜਿੰਗ ਬਾਏ ਕੰਡਕਸ਼ਨ ਕੰਡਕਸ਼ਨ ਦੇ ਵਿੱਚ ਕੀ ਸੀ ਇੱਕ ਚਾਰਜਡ ਬਾਡੀ ਨੂੰ ਦੂਸਰੀ ਅਨਚਾਰਜਡ ਬਾਡੀ ਦੇ ਨਾਲ ਟੱਚ ਕਰਾ ਦਈਏ ਜੇ ਫਿਜ਼ੀਕਲੀ ਟੱਚ ਕਰਾਵਾਂਗੇ ਤਾਂ ਕੀ ਹੋਊਗਾ ਤੇ ਜਿਹੜੀ ਚਾਰਜਡ ਬਾਡੀ ਆ ਉਹਦੇ ਤੋਂ ਚਾਰਜ ਟਰਾਂਸਫਰ ਹੋ ਜੂਗਾ ਇਕੁਅਲੀ ਦੂਸਰੀ ਬਾਡੀ ਦੇ ਉੱਤੇ ਤਾਂ ਦੋਨੇ ਇਹ ਜੇ ਪਹਿਲੀ ਦੇ ਉੱਤੇ ਸਾਡੇ ਕੋਲੇ 10 ਕੂਲਮ ਚਾਰਜ ਸੀਗਾ ਤਾਂ ਦੋਨੋਂ ਬਾਡੀ ਦੇ ਉੱਤੇ ਹੁਣ ਕਿੰਨਾ ਰਹਿ ਜਾਊਗਾ 5 5 ਰਹਿ ਜਾਊਗਾ 5 ਕੋਲਮ ਉਹ ਤੇ ਚਲ ਜੂ 5 ਕੋਲਮ ਉਹ ਤੇ ਚਲ ਜੂ ਸੋ ਇਸ ਤਰ੍ਹਾਂ ਪਤਾ ਤਿੰਨ ਤਰੀਕੇ ਪੜੇ ਸੀਗੇ ਚਾਰਜਿੰਗ ਆਫ ਅ ਬਾਡੀ ਹੁਣ ਮੇਨ ਆਪਾਂ ਕੁਐਸਚਨਸ ਦੇ ਉੱਤੇ ਆ ਜਾਈਏ ਸਭ ਤੋਂ ਪਹਿਲਾ ਕੁਐਸਚਨ ਇਹ ਆ ਜਾਂਦਾ ਜਿਹੜਾ ਆਮ ਤੌਰ ਤੇ ਪੇਪਰ ਜਦ ਚ ਆਉਂਦਾ ਉਹ ਕੀ ਆਉਂਦਾ ਬੇਸਿਕ ਪ੍ਰੋਪਰਟیز ਆਫ ਇਲੈਕਟ੍ਰਿਕ ਚਾਰਜ ਬੇਸਿਕ ਪ੍ਰੋਪਰਟੀਜ਼ ਆਫ ਇਲੈਕਟ੍ਰਿਕ ਚਾਰਜ ਕੁਐਸਚਨ ਅੱਗੇ ਵੀ ਪੇਪਰਾਂ ਦੇ ਵਿੱਚ ਆਉਂਦਾ ਪੰਜਾਬ ਬੋਰਡ ਦੇ ਵਿੱਚ ਕਈ ਵਾਰੀ ਇਹ ਪਹਿਲਾਂ ਆਇਆ ਹੋਇਆ ਤਾਂ ਸਭ ਤੋਂ ਪਹਿਲਾਂ ਕੀ ਆ ਪਹਿਲੀ ਪ੍ਰੋਪਰਟੀ ਕੀ ਆ ਚਾਰजेस ਕਨਜ਼ਰਵਡ ਚਾਰਜ ਹਮੇਸ਼ਾ ਕਨਜ਼ਰਵਡ ਰਹਿੰਦਾ ਦੂਸਰੀ ਪ੍ਰੋਪਰਟੀ ਕੀ ਆ ਚਾਰਜ ਆ ਜਿਹੜਾ ਉਹ ਕੁਆਂਟਾਈਜ਼ਡ ਇਹ ਦੋਨੇ ਬਹੁਤ ਇੰਪੋਰਟੈਂਟ ਪ੍ਰੋਪਰਟੀ ਨੇ ਇਸ ਤੋਂ ਬਿਨਾ ਚਾਰਜ ਆ ਜਿਹੜਾ ਉਹ ਐਡੀਟਿਵ ਨੇਚਰ ਆ ਇਹਦੀ ਮਤਲਬ ਇੱਕ ਬਾਡੀ ਦੇ ਉੱਤੇ ਜੇ ਦੋ ਯੂਨਿਟ ਚਾਰਜ ਆ ਦੂਜੀ ਦੇ ਉੱਤੇ ਵੀ ਦੋ ਯੂਨਿਟ ਚਾਰਜ ਆ ਤਾਂ ਦੋਨੇ ਪਲੱਸ ਹੋ ਕੇ ਕੀ ਬਣ ਜਾਣਗੇ ਚਾਰਜ ਯੂਨਿਟ ਚਾਰਜ ਬਣ ਜਾਊਗਾ ਸੋ ਇਹ ਇਹਦੀਆਂ ਮੇਨ ਪ੍ਰੋਪਰਟੀਆਂ ਨੇ ਚੌਥੀ ਪ੍ਰੋਪਰਟੀ ਆਪਾਂ ਇਹ ਵੀ ਕਹਿ ਸਕਦੇ ਆਂ ਵੀ ਇਹ ਸਕੈਲਰ ਕੁਆਂਟੀਟੀ ਆ ਸਕੈਲਰ ਚਾਰਜ ਇਸ ਅ ਸਕੈਲਰ ਕੁਆਂਟੀਟੀ ਹੁਣ ਜਿਹੜੀ ਕਨਜ਼ਰਵੇਸ਼ਨ ਆਫ ਚਾਰਜ ਆ ਤੇ ਕਵਾਂਟਾਈਜ਼ੇਸ਼ਨ ਆਫ ਚਾਰਜ ਆ ਹਮੇਸ਼ਾ ਇਹਨਾਂ ਦੋਨਾਂ ਟੌਪਿਕਸ ਦੇ ਉੱਤੇ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੀ ਆਉਂਦਾ ਤਾਂ ਉਹ ਕੀ ਕੁਐਸਚਨ ਆਉਂਦਾ ਸ਼ੋ ਕਰੋ ਜਿਹੜਾ ਚਾਰਜ ਆ ਉਹ ਕਨਜ਼ਰਵਡ ਆ ਚਾਰਜ ਕਨਜ਼ਰਵਡ ਦੀ ਅਸੀਂ ਪਹਿਲਾਂ ਤਾਂ ਡੈਫੀਨੇਸ਼ਨ ਦਵਾਂਗੇ ਵੀ ਟੋਟਲ ਚਾਰਜ ਔਨ ਅ ਸਿਸਟਮ ਆਫ ਬਾਡੀਜ਼ ਇਜ਼ ਕਨਜ਼ਰਵਡ ਕਿਦਾਂ ਲਿਖ ਦਾਂਗੇ ਜਾਂ ਇਹ ਕਹਾਂਗੇ ਚਾਰਜ ਕੈਨ ਨੀਦਰ ਵੀ ਕ੍ਰੀਏਟਡ ਨੌਰ ਵੀ ਡਿਸਟਰਾਇਡ ਨਾਲ ਇਹਦੀ ਐਗਜ਼ਾਮਪਲ ਦੇਣੀ ਪੇਪਰ ਦੇ ਵਿੱਚ ਜ਼ਰੂਰ ਆ ਜਾਂਦੀ ਆ ਕਿਉਂਕਿ ਇਸ ਯੂਨਿਟ ਦੇ ਵਿੱਚੋਂ ਜੇ ਤਾਂ 1 ਨੰਬਰ ਦਾ ਕੁਐਸਚਨ ਆਉਂਦਾ ਫਿਰ ਤਾਂ ਐਗਜ਼ਾਮਪਲ ਨਹੀਂ ਪੁੱਛੀ ਜਾਊਗੀ ਪਰ ਇਹਦੇ ਵਿੱਚੋਂ ਇੱਕ ਕੁਐਸਚਨ 2 ਨੰਬਰ ਦਾ ਵੀ ਆਉਣਾ। ਸੋ ਜਿਹੜਾ 2 ਨੰਬਰ ਵਾਲਾ ਕੁਐਸਚਨ ਆ ਜੇ ਉਹਦੇ ਵਿੱਚ ਕਵਾਂਟਾਈਜ਼ੇਸ਼ਨ ਆਫ ਚਾਰਜ ਤੇ ਕਨਜ਼ਰਵੇਸ਼ਨ ਆਫ ਚਾਰਜ ਦੇ ਚਾਂਸਸ ਬਹੁਤ ਜ਼ਿਆਦੇ ਆ ਪੇਪਰ 'ਚ ਆਉਣ ਦੇ। ਸੋ ਉਹਦੇ ਵਿੱਚ ਸਾਨੂੰ ਫਿਰ ਐਗਜ਼ਾਮਪਲ ਦੇਣੀ ਪਊਗੀ ਕਿਉਂਕਿ ਇੱਕ ਤੁਸੀਂ ਡੈਫੀਨੇਸ਼ਨ ਲਿਖੋਗੇ ਨਾਲ ਦੀ ਨਾਲ ਦੂਸਰਾ ਆਪਾਂ ਨਾਲ ਐਗਜ਼ਾਮਪਲ ਲਿਖਾਂਗੇ। ਸੋ ਕਨਜ਼ਰਵੇਸ਼ਨ ਆਫ ਚਾਰਜ ਦੀ ਡੈਫੀਨੇਸ਼ਨ ਤਾਂ ਸਾਰੇ ਬੱਚੇ ਲਿਖ ਦਿੰਦੇ ਆ ਪਰ ਜਦੋਂ ਆ ਜਾਂਦੀ ਐਗਜ਼ਾਮਪਲ ਦੀ ਗੱਲ ਉੱਥੇ ਇੱਕ ਨੰਬਰ ਕਟਾ ਲੈਂਦੇ ਆ ਬੜੀ ਸਿੰਪਲ ਜੀ ਐਗਜ਼ਾਮਪਲ ਆ। ਪੇਅਰ ਪ੍ਰੋਡਕਸ਼ਨ ਦੀ ਤੁਹਾਨੂੰ ਸਮਝਾਈ ਹੋਈ ਅੱਗੇ ਵੀ ਜਾਂ ਆਪਾਂ ਕਰਦੀਏ ਐਨੀਹਿਲੇਸ਼ਨ ਆਫ ਮੈਟਰ ਐਨੀਹਿਲੇਸ਼ਨ ਆਫ ਮੈਟਰ ਬੜੀ ਸਿੰਪਲ ਜੀ ਗੱਲ ਹੈ ਪੇਅਰ ਪ੍ਰੋਡਕਸ਼ਨ ਚ ਕੀ ਕਰਾਂਗੇ ਇੱਕ ਗਾਮਾ ਫੋਟੋਨ ਜਿਹਦੇ ਤੇ ਚਾਰਜ ਜ਼ੀਰੋ ਹੈ ਇਹ ਟੁੱਟ ਜਾਂਦਾ ਇਲੈਕਟ੍ਰੋਨ ਪਲੱਸ ਪੋਜ਼ਿਟ੍ਰੋਨ ਬਸ ਇੰਨੀ ਗੱਲ ਯਾਦ ਰੱਖਣੀ ਹੈ ਇਲੈਕਟ੍ਰੋਨ ਇਹਦਾ ਜਿਹੜਾ ਆਪੋਜ਼ਿਟਾ ਬਿਲਕੁਲ ਉਹ ਪੋਜ਼ਿਟ੍ਰੋਨ ਹੈ ਇਹਦਾ ਮਾਸ ਚਾਰਜ ਐਵਰੀਥਿੰਗ ਸੇਮ ਆ ਪੋਜ਼ਿਟ੍ਰੋਨ ਦਾ ਸਿਰਫ ਚਾਰਜ ਦੀ ਜਿਹੜੀ ਨੇਚਰ ਆ ਉਹ ਪੋਜ਼ਿਟਿਵ ਆ ਪ੍ਰੋਟੋਨ ਨਹੀਂ ਹੈਗਾ ਇਹ ਕਨਫਿਊਜ਼ ਨਾ ਕਰਿਓ ਦਿਸ ਇਸ ਨੋਟ ਅ ਪ੍ਰੋਟੋਨ ਇਹ ਪੋਜ਼ਿਟ੍ਰੋਨ ਪੀਓਐਸਆਈਟੀਰੋਨ ਇਹਦਾ ਚਾਰਜ ਵੀ ਇਹਦਾ ਮਾਸ ਵੀ ਇਹ ਦੋਨੇ ਇਲੈਕਟ੍ਰੋਨ ਦੇ ਬਰਾਬਰ ਆ ਪਰ ਚਾਰਜ ਦੀ ਨੇਚਰ ਆ ਜਿਹੜੀ ਉਹ ਪੋਜ਼ਿਟਿਵ ਆ ਸੋ ਇਹ ਹੋ ਗਈ ਸਾਡੀ ਪੇਅਰ ਪ੍ਰੋਡਕਸ਼ਨ ਪੇਅਰ ਹੋ ਗਿਆ ਇੱਕ ਪੋਜ਼ਿਟ੍ਰੋਨ ਤੇ ਇਲੈਕਟ੍ਰੋਨ ਦਾ ਦੋਨੋਂ ਦਾ ਪੇਅਰ ਕ੍ਰੀਏਟ ਹੋ ਗਿਆ ਗਾਮਾ ਹੁਣ ਇਹਦੇ ਤੇ ਚਾਰਜ ਜ਼ੀਰੋ ਸੀਗਾ ਤੇ ਸਾਡੇ ਕੋਲ ਇੱਕ -1 ਤੇ +1 ਬਣ ਗਿਆ ਟੋਟਲ ਚਾਰਜ ਲੈਫਟ ਹੈਂਡ ਸਾਈਡ ਤੇ ਤੇ ਰਾਈਟ ਹੈਂਡ ਸਾਈਡ ਤੇ ਜ਼ੀਰੋ ਹੋ ਗਿਆ ਤਾਂ ਸਾਡੀ ਇਹ ਐਗਜ਼ਾਮਪਲ ਬਣ ਗਈ ਕਨਜ਼ਰਵੇਸ਼ਨ ਆਫ ਚਾਰਜ ਦੀ ਤੇ ਜਿਹੜੀ ਐਨੀਹਿਲੇਸ਼ਨ ਆਫ ਮੈਟਰ ਉਹ ਇਹ ਤੋਂ ਉਲਟ ਇਹ ਰਿਐਕਸ਼ਨ ਦੋਨੇ ਪਾਸੇ ਪੋਸੀਬਲ ਆ ਅੰਡਰ ਸਰਟਨ ਕੰਡੀਸ਼ਨਸ ਸੋ ਜੇ ਪੋਜ਼ਿਟ੍ਰੋਨ ਤੇ ਇਲੈਕਟ੍ਰੋਨ ਦੋਨੇ ਇਕੱਠੇ ਹੋ ਕੇ ਗਾਮਾ ਰੇ ਫੋਟਨ ਬਣ ਜਾਂਦਾ ਗਾਮਾ ਪਾਰਟੀਕਲ ਬਣ ਜਾਂਦਾ ਤਾਂ ਅਸੀਂ ਉਹਨੂੰ ਐਨੀਹਿਲੇਸ਼ਨ ਆਫ ਮੈਟਰ ਕਹਿ ਦਿੰਨੇ ਆ ਤੇ ਅਦਰਵਾਈਜ਼ ਜੇ ਗਾਮਾ ਤੋਂ ਰਾਈਟ ਹੈਂਡ ਸਾਈਡ ਨੂੰ ਇਹ ਚੱਲਦੀ ਹੈ ਇਕੁਏਸ਼ਨ ਪੇਰ ਇਹਨੂੰ ਆਪਾਂ ਪੇਰ ਪ੍ਰੋਡਕਸ਼ਨ ਕਹਿ ਦਿੰਨੇ ਆ ਸੋ ਇਹ ਬਹੁਤ ਇੰਪੋਰਟੈਂਟ ਆ 2 ਨੰਬਰ ਦਾ ਕੁਐਸਚਨ ਵੀ 1 ਨੰਬਰ ਦਾ ਕੁਐਸਚਨ ਵੀ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਦੂਜੀ ਚੀਜ਼ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਆ ਸਕਦੀ ਹੈ ਇਟ ਇਜ਼ ਕਵਾਂਟਾਈਜੇਸ਼ਨ ਆਫ ਚਾਰਜ ਕਵਾਂਟਾਈਜੇਸ਼ਨ ਆਫ ਇਲੈਕਟ੍ਰਿਕ ਚਾਰਜ ਕਵਾਂਟਾਈਜੇਸ਼ਨ ਆਫ ਇਲੈਕਟ੍ਰਿਕ ਚਾਰਜ ਦਾ ਕੀ ਮਤਲਬ ਆ ਕਵਾਂਟਾਈਜੇਸ਼ਨ ਆਫ ਇਲੈਕਟ੍ਰਿਕ ਚਾਰਜ ਦਾ ਮਤਲਬ ਆ ਵੀ ਕਿਸੇ ਵੀ ਬਾਡੀ ਦੇ ਉੱਤੇ ਜੇ ਚਾਰਜ ਆਉਂਦਾ ਹੈ ਚਾਰਜ ਔਨ ਐਨੀ ਬੋਡੀ ਚਾਹੇ ਉਹ ਚਾਰਜ ਫ੍ਰੈਕਸ਼ਨ ਕਰਕੇ ਆਵੇ ਫ੍ਰੈਕਸ਼ਨਲ ਇਲੈਕਟ੍ਰਿਸਿਟੀ ਕਰਕੇ ਚਾਹੇ ਉਹ ਚਾਰਜ ਇੰਡਕਸ਼ਨ ਕਰਕੇ ਆਵੇ ਚਾਹੇ ਉਹ ਚਾਰਜ ਕੰਡਕਸ਼ਨ ਕਰਕੇ ਆਵੇ ਕਿਸੇ ਵੀ ਮੈਥਡ ਨਾਲ ਕਿਸੇ ਬੋਡੀ ਤੇ ਚਾਰਜ ਆਉਂਦਾ ਹੈ ਤਾਂ ਉਹ ਦੀ ਜਿਹੜੀ ਵੈਲਿਊ ਹੈ ਵੈਲਿਊ ਆਫ ਚਾਰਜ ਹੋਊਗੀ ਉਹ ਕਿੰਨੀ ਹੋਊਗੀ ਇਟ ਵਿਲ ਬੀ ਅ ਮਲਟੀਪਲ ਆਫ 1.6 10 ਟੂ ਦੀ ਪਾਵਰ -19 ਕੂਲਮ ਇਹਦਾ ਮਲਟੀਪਲ ਹੋਏਗੀ ਮਤਲਬ ਇਹ ਕਿਹੜਾ ਚਾਰਜ ਆ ਇੱਕ ਇਲੈਕਟ੍ਰੋਨਿਕ ਚਾਰਜ ਜਿੰਨਾ ਚਾਰਜ ਇੱਕ ਇਲੈਕਟ੍ਰੋਨ ਤੇ ਆ ਉਹਨੂੰ ਅਸੀਂ ਫਿਰ ਬੇਸਿਕ ਯੂਨਿਟ ਆਫ ਇਲੈਕਟ੍ਰਿਕ ਚਾਰਜ ਕਹਤਾ ਤੇ ਕਿਸੇ ਵੀ ਬਾਡੀ ਉੱਤੇ ਜਿਹੜਾ ਚਾਰਜ ਆਉਂਦਾ ਉਹ ਕਿੰਨਾ ਹੋਊਗਾ ਇਟ ਵਿਲ ਬੀ ਮਲਟੀਪਲ ਆਫ ਇਲੈਕਟ੍ਰਿਕ ਚਾਰਜ ਚਾਹੇ ਪੋਜ਼ਿਟਿਵ ਚਾਰਜ ਹੋਵੇ ਚਾਹੇ ਨੈਗੇਟਿਵ ਚਾਰਜ ਹੋਵੇ ਇਸ ਕਰਕੇ ਇਹਦਾ ਇੱਕ ਫਾਰਮੂਲਾ ਜਿਹੜਾ ਬਣ ਗਿਆ ਉਹ ਬਣ ਗਿਆ Q ਮਤਲਬ ਚਾਰਜ ਕਿਸੇ ਬੋਡੀ ਦੇ ਉੱਤੇ ਉਹ ਬਰਾਬਰ ਕਿੰਨਾ ਹੋ ਸਕਦਾ ਪੋਜ਼ਿਟਿਵ ਵੀ ਹੋ ਸਕਦਾ ਨੈਗੇਟਿਵ ਵੀ ਹੋ ਸਕਦਾ n e e ਦੀ ਵੈਲਿਊ 1.6 10 -19 ਕੂਲਮਬਾ n ਕੀ ਆ ਇਲੈਕਟ੍ਰੋਨਸ ਦੀ ਗਿਣਤੀ ਮਤਲਬ ਕਿੰਨੇ ਨੂੰ ਨਾਲ ਗੁਣਾ ਹੋ ਕੇ ਕਿਸੇ ਬੋਡੀ ਤੇ ਚਾਰਜ ਆਇਆ ਤੋ ਇਹਦੇ ਬੇਸ ਦੇ ਉੱਤੇ ਜੇ ਤਾਂ ਸਾਨੂੰ ਇੱਕ ਡੈਫੀਨੇਸ਼ਨ ਵੀ ਲਿਖਾਂਗੇ ਨਾਲ ਅਸੀਂ ਆਹ ਵਾਲਾ ਫਾਰਮੂਲਾ ਜਿਹੜਾ ਹੈ ਇਹ ਵੀ ਲਿਖਾਂਗੇ ਇੱਥੋਂ ਸਾਡਾ ਇਹ ਕੁਐਸਚਨ ਹੈ ਜਿਹੜਾ 2 ਨੰਬਰ ਦਾ ਕੰਪਲੀਟ ਹੁੰਦਾ ਹੁਣ ਇਹਦੇ ਨਾਲ ਹੁਣ ਇੱਕ ਆਪਾਂ ਹੋਰ ਕੁਐਸਚਨ ਦੇਖ ਲਈਏ ਜਿਹੜਾ ਆਮ ਤੌਰ ਤੇ ਪੇਪਰ 'ਚ ਆ ਜਾਂਦਾ ਉਹ ਇਹ ਆ ਕੁਐਸਚਨ ਮੈਂ ਤੁਹਾਨੂੰ ਲਿਖਾਉਣਾ ਤੁਸੀਂ ਨੋਟ ਕਰ ਲਓ ਐਜ਼ ਇੱਕ ਤਾਂ ਸਾਰੇ ਬੱਚੇ ਨੋਟ ਕਰੋ ਵੀ ਤੁਹਾਡੇ ਕੋਲ ਕਾਪੀ ਪੈਨ ਹੁਣ ਕੋਲੇ ਹੋਣਾ ਚਾਹੀਦਾ ਜਦੋਂ ਆਪਣੀ ਕਲਾਸ ਲੱਗਦੀ ਹੈ ਜਿਹੜੇ ਮੈਂ ਕੁਐਸਚਨ ਕਰਾਉਣਾ ਉਹ ਤੁਸੀਂ ਨਾਲ ਦੀ ਨਾਲ ਕਰਕੇ ਦੱਸਣੇ ਆ ਮੈਨੂੰ ਕਮੈਂਟ ਦੇ ਵਿੱਚ ਆਨਸਰ ਪਹਿਲਾਂ ਤੁਸੀਂ ਦੱਸਣਾ ਬਾਅਦ ਚੋਂ ਮੈਂ ਦੱਸਣਾ ਐਜ਼ ਅ ਮਾਸ ਆਫ ਏ ਬਾਡੀ ਅਫੈਕਟਡ ਔਨ ਚਾਰਜਿੰਗ ਮਤਲਬ ਕੀ ਆਦਾ ਵੀ ਜਦੋਂ ਆਪਾਂ ਕਹਿੰਦੇ ਆ ਵੀ ਚਾਹੇ ਚਾਰਜ ਇੰਡਿਊਸ ਹੋਇਆ ਚਾਹੇ ਕੰਡਕਟ ਹੋਇਆ ਚਾਹੇ ਫ੍ਰੈਕਸ਼ਨਲ ਇਲੈਕਟ੍ਰਿਸਿਟੀ ਨਾਲ ਆਇਆ ਜਦੋਂ ਕਿਸੇ ਬੋਡੀ ਦੇ ਉੱਤੇ ਚਾਰਜ ਆਉਂਦਾ ਕੀ ਬੋਡੀ ਦਾ ਮਾਸ ਆ ਜਿਹੜਾ ਅਫੈਕਟ ਹੁੰਦਾ ਹੁਣ ਤੁਸੀਂ ਮੈਨੂੰ ਆਨਸਰ ਦਿਓ ਮੈਂ ਤੁਹਾਨੂੰ 2 ਮਿੰਟ ਦਾ ਟਾਈਮ ਦਿੰਦਾ ਵੀ ਇਹ ਲਿਖ ਕੇ ਜਿਹੜਾ ਆਪਣੇ ਤੁਹਾਡੇ ਕਮੈਂਟ ਹੈਗੇ ਆ ਇਹਦਾ ਆਨਸਰ ਦਿਓ ਯੈਸ ਜਾਂ ਨੋ ਦੇ ਵਿੱਚ ਤੇ ਕਿੰਨਾ ਕੀ ਹੋਊਗਾ ਐਜ਼ ਮਾਸ ਆਫ ਅ ਬੋਡੀ ਅਫੈਕਟਡ ਔਨ ਚਾਰਜਿੰਗ ਮਤਲਬ ਕੀਤਾ ਦਾ ਆਪਾਂ ਚਾਰਜ ਆ ਕੀ ਉਸ ਬੋਡੀ ਦੇ ਮਾਸ ਦੇ ਉੱਤੇ ਕੋਈ ਅਫੈਕਟ ਪਊਗਾ ਜਦੋਂ ਚਾਰਜ ਹੋਊਗਾ ਜਦੋਂ ਚਾਰਜ ਹੁੰਦਾ ਤਾਂ ਆਪਾਂ ਪੜਿਆ ਪਹਿਲਾਂ ਇਲੈਕਟ੍ਰੋਨ ਜਾਂ ਲੈਂਦੇ ਨੇ ਜਾਂ ਇਲੈਕਟ੍ਰੋਨ ਉਸ ਬੋਡੀ ਤੇ ਆਉਂਦੇ ਨੇ ਹੁਣ ਕਮੈਂਟ ਵਿੱਚ ਲਿਖ ਕੇ ਦੱਸੋ ਬਈ ਕੀ ਹਾਂ ਆਕਸ਼ਪ੍ਰੀਤ ਨੇ ਲਿਖਿਆ ਵੈਰੀ ਗੁੱਡ ਯੈਸ ਬਟ ਲिटल ਸੋ ਆਪਾਂ ਨੂੰ ਪਤਾ ਵੀ ਇੱਕ ਇਲੈਕਟ੍ਰੋਨ ਦੇ ਉੱਤੇ ਜਿਹੜਾ ਚਾਰਜ ਉਹ ਤਾਂ ਆਪਾਂ ਪੜ ਲਿਆ ਪਰ ਇਲੈਕਟ੍ਰੋਨ ਦਾ ਮਾਸ ਵੀ ਤਾਂ ਹੈਗਾ ਜਦੋਂ ਇੱਕ ਇਲੈਕਟ੍ਰੋਨ ਟਰਾਂਸਫਰ ਹੋਊਗਾ ਤਾਂ ਉਹਦਾ ਜਿਹੜਾ ਮਾਸ ਆ ਆਕਸ਼ਪ੍ਰੀਤ ਹੁਣ ਲਿਖ ਕੇ ਦੱਸ ਕਿੰਨਾ ਮਾਸ ਆ ਇਲੈਕਟ੍ਰੋਨ ਦਾ ਜਿੰਨੇ ਇਲੈਕਟ੍ਰੋਨ ਰਮਨਦੀਪ ਕਹਿੰਦਾ ਲਹਿ ਗਏ ਉਹਨਾਂ ਚਾਰਜ ਟਰਾਂਸਫਰ ਹੋ ਹਾਂਜੀ ਮਾਸ ਦੱਸੋ ਜੀ ਇਲੈਕਟ੍ਰੋਨ ਦਾ ਕਿੰਨਾ ਆਪਾਂ ਦੇਖੀ ਮਾਸ ਵੈਰੀ ਗੁੱਡ ਸਤਨਾਮ ਬੈਨੇ ਬੋਡੀ ਚਾਰਜ देयर ਇਜ਼ ਸਮ ਟਰਾਂਸਫਰ ਆਫ ਇਲੈਕਟ੍ਰੋਨ ਐਂਡ ਇਲੈਕਟ੍ਰੋਨਸ ਹੈ ਮਾਸ ਦੱਸ ਯਸ ਚਾਹਾਂ ਦੱਸੋ ਜੀ ਕਿੰਨਾ ਮਾਸ ਆਜ ਇਲੈਕਟ੍ਰੋਨ ਦੇ ਉੱਤੇ ਇਹ ਲਿਖ ਕੇ ਦੱਸੋ ਇੱਕ ਇਲੈਕਟ੍ਰੋਨ ਤੇ ਨੋ ਰਮਨਦੀਪ 1.6 ਨਹੀਂ ਹੈਗਾ ਪੁੱਤਰ ਗਲਤ ਇਹ ਤਾਂ ਚਾਰਜ ਆ 1.6 10 -19 ਕੂਲਮ ਨੋ ਨੋ ਹਾਂਜੀ ਜਸਕਰਨ ਸਿੰਘ ਦਾ ਆਨਸਰ ਠੀਕ ਆ ਗਿਆ ਸਤਨਾਮ ਸਿੰਘ ਆਨਸਰ ਠੀਕ ਆ ਗਿਆ ਸੋ 9.1 10 -31 ਨਾਲ ਕਿਲੋਗ੍ਰਾਮ ਵੀ ਇਹ ਵੀ ਲਿਖਣਾ ਜੇ ਤੁਸੀਂ ਕੱਲਾ 9.1 10 ਪਾਵਰ -31 ਲਿਖ ਦਿੰਨੇ ਹਾਂ ਉਹ ਵੀ ਗਲਤ ਹੋ ਜਾਣਾ ਬੱਚਾ ਨਾਲ ਕਿਲੋਗ੍ਰam ਜ਼ਰੂਰ ਲਿਖਣਾ ਯਾਦ ਕਰਨਾ ਕਿਉਂਕਿ ਜੇ ਤੁਸੀਂ ਭੁਲੇਖਾ ਇਹ ਪੈ ਗਿਆ ਕਿ ਕਿਲੋਗ੍ਰam ਤਾਂ ਸ਼ਾਇਦ ਬਹੁਤ ਵੱਡਾ ਯੂਨਿਟ ਆ ਪਰ ਆਹ 10 ਦੀ ਪਾਵਰ -31 ਵੀ ਦੇਖੋ ਸੋ ਇੰਨਾ ਥੋੜਾ ਮਾਸ ਸੋ ਇੰਨੇ ਯੂਨਿਟ ਮਾਸ ਵੀ ਨਾਲ ਦੀ ਨਾਲ ਟਰਾਂਸਫਰ ਹੋਊਗਾ ਜੇ ਮੰਨ ਲਓ ਦੋ ਇਲੈਕਟ੍ਰੋਨ ਟਰਾਂਸਫਰ ਹੋਗੇ ਤਾਂ 9.1 10^-31 2 ਹੋ ਜਾਊਗਾ 10 ਇਲੈਕਟ੍ਰੋਨ ਟਰਾਂਸਫਰ ਹੋਗੇ ਤਾਂ 2 ਦੀ ਜਗ੍ਹਾ ਦੇ ਉੱਤੇ 10 ਆ ਜਾਊਗਾ ਇਸੇ ਤਰ੍ਹਾਂ 100 ਇਲੈਕਟ੍ਰੋਨ ਟਰਾਂਸਫਰ ਹੋ ਗਿਆ ਤਾਂ ਗੁਣਾ 100 ਸੋ ਇਹ ਸਾਡੇ ਕੋਲੇ ਟਰਾਂਸਫਰ ਆਫ ਇਲੈਕਟ੍ਰੋਨ ਦੀ ਕਹਾਣੀ ਆ ਸੋ ਇਹਦਾ ਮਤਲਬ ਮਾਸ ਵੀ ਚੇਂਜ ਹੋਊਗਾ ਇਸੇ ਤਰ੍ਹਾਂ ਹੁਣ ਇਹਦੇ ਨਾਲ ਇੱਕ ਹੋਰ ਛੋਟਾ ਜਿਹਾ ਕੁਐਸਚਨ ਆ ਜਾਂਦਾ ਛੋਟਾ ਜਿਹਾ ਕੁਐਸਚਨ ਆਪਾਂ ਇੱਕ ਹੋਰ ਕਨਸੀਡਰ ਕਰ ਲਈਏ ਕੁਐਸਚਨ ਆ ਜਾਂਦਾ ਹਾਊ ਮੈਨੀ ਇਲੈਕਟ੍ਰੋਨਸ ਆਰ देयर ਇਨ 1 ਕਿਲੋਗ੍ਰਾਮ ਸੋ ਰਾਈਟ ਡਾਊਨ ਕੈਲਕੂਲੇਟ ਤੁਸੀਂ ਕਰਕੇ ਦੱਸਣਾ ਹਾਊ ਮੈਨੀ ਇਲੈਕਟ੍ਰੋਨਸ ਆਰ देयर ਇਨ 1 ਕਿਲੋਗ੍ਰਾਮ 1 ਕਿਲੋਗ੍ਰਾਮ ਜਿਵੇਂ ਆਪਣੇ ਕੋਲ ਆਪਾਂ ਭਾਰ ਜੋਖਦੇ ਆਂ ਮਾਸ 1 ਕਿਲੋਗ੍ਰਾਮ ਮਾਸ ਆ ਜਿਹੜਾ ਉਹਦੇ ਵਿੱਚ ਕਿੰਨੇ ਇਲੈਕਟ੍ਰੋਨ ਆਉਣਗੇ ਏ ਹੁਣ ਤੁਸੀਂ ਮੈਨੂੰ ਕੈਲਕੂਲੇਟ ਕਰਕੇ ਦੱਸੋ ਜੀ ਸੋ 2 ਮਿੰਟ ਨੇ ਜੀ ਤੁਹਾਡੇ ਕੋਲੇ ਸਾਰਿਆਂ ਕੋਲੇ ਫਟਾਫਟ ਕੈਲਕੂਲੇਸ਼ਨ ਕਰੋ ਤੇ ਮੈਨੂੰ ਦੱਸੋ ਵੀ ਹਾਊ many electrons are there in 1 kg How many electrons are there in one kilogram? ਹਾਂਜੀ ਇੱਕ ਜਵਾਬ ਆਇਆ ਹੈਗਾ ਐਕਸਪ੍ਰੈਸ ਦਾ 1 ਸਤਨਾਮ ਸਿੰਘ 1.2 ਟਨਸ ਫॉर 30 ਭਵਨਿੰਦਰ ਸਿੰਘ ਅਪ੍ਰੋਕਸੀਮੇਟ 10 ਫॉर 31 ਰਮਨਦੀਪ ਟਨ 131 ਹਾਂ ਕਰੋ ਬਾਕੀ ਦੇ ਸਟੂਡੈਂਟ ਵੀ ਸਾਰੇ ਜਣੇ ਜਸਕਰਨ 1.09 ਟੈਂਸਰ 30 ਕਰੋ ਕਰੋ ਸ਼ਾਬਾਸ਼ ਵੈਰੀ ਗੁੱਡ ਬਾਕੀ ਸਟੂਡੈਂਟ ਵੀ ਜਿਹੜੇ ਜੁੜੇ ਹੋਏ ਆ ਉਹੋ ਫਟਾਫਟ ਕੈਲਕੂਲੇਸ਼ਨ ਕਰੋ ਤੇ ਆਨਸਰ ਦਿਓ ਹਰਮਨ 9.1 ਟ੍ਰਾਂਸਫਰ 31 ਇਹ ਤਾਂ ਮਾਸ ਆਫ ਇਲੈਕਟ੍ਰੋਨ ਆ ਹਰਮਨ ਵਾਈਟ ਟੇਬਲ ਸੋ ਖਵੀਰ 1. ਚਲੋ ਆਪਾਂ ਦੇਖਦੇ ਆ ਵੀ ਇਹਨੂੰ ਕਿਵੇਂ ਸੋਲਵ ਕਰੀਏ ਬੜਾ ਸਿੰਪਲ ਜਿਹਾ ਆਪਾਂ ਹੁਣੇ ਹੀ ਕਰਕੇ ਛੱਡਿਆ ਵੀ ਚਾਰਜ ਔਨ ਇਲੈਕਟ੍ਰੋਨ ਕਿੰਨਾ ਜੀ 1.6 10 रेस टू दी पावर -19 कूलम ਇੰਨਾ ਚਾਰਜ ਆਪਣੇ ਕੋਲੇ ਇੱਕ ਇਲੈਕਟ੍ਰੋਨ ਤੇ ਤੇ ਮਾਸ ਆਫ ਇਲੈਕਟ੍ਰੋਨ ਕਿੰਨਾ 9.1 10 रेस टू दी पावर -31 ਕਿਲੋਗ੍ਰਾਮ ਹੁਣ ਇਧਰਲੇ ਪਾਸੇ 9.1 10^-31 ਕਿਲੋਗ੍ਰਾਮ ਨੇ ਇਧਰਲੇ ਪਾਸੇ ਕੀ ਆ ਇੱਕ ਇਲੈਕਟ੍ਰੋਨ ਤਾਂ ਇਹਦਾ ਮਤਲਬ ਆਪਾਂ ਫਾਰਮੂਲਾ ਲਾਇਆ ਜੀ Q NE ਇਹਦੇ ਤੋਂ ਆਪਾਂ ਨੂੰ ਚਾਰਜ ਪਤਾ ਲੱਗ ਜਾਊਗਾ ਵੀ ਇੱਕ ਇਲੈਕਟ੍ਰੋਨ ਦੇ ਉੱਤੇ ਕਿੰਨਾ ਚਾਰਜ ਆ ਤੇ ਜੇਕਰ ਆਪਾਂ ਹੁਣ ਨੰਬਰ ਆਫ ਇਲੈਕਟ੍ਰੋਨਸ ਕੱਢਣੇ ਆ ਤਾਂ ਉਹ ਕਿਵੇਂ ਨਿਕਲਣਗੇ ਨੰਬਰ ਆਫ ਇਲੈਕਟ੍ਰੋਨਸ N Q ਬਾਈ ਇ ਤੇ ਕਿਉ ਹੈਗਾ ਆਪਣੇ ਕੋਲੇ ਕਿਉਂਕਿ ਇੱਕ ਇਲੈਕਟ੍ਰੋਨ ਠੀਕ ਹੈ ਜੀ ਇਹ ਮਨਿੰਦਰ ਸਿੰਘ 1.09 10/30 ਇਲੈਕਟ੍ਰੋਨਸ ਠੀਕ ਹੈ ਬਟੇ ਤਾਂ ਇੱਕ 9.1 10^-31 ਕਿਲੋਗ੍ਰਾਮ ਸਾਡੇ ਕੋਲੇ ਇੱਕ ਇਲੈਕਟ੍ਰੋਨ ਦਾ ਮਾਸ ਬਣਦਾ ਹੈ ਦਾ ਮਤਲਬ ਇਹਦਾ ਚਾਰਜ ਕਿੰਨਾ ਇੱਕ ਯੂਨਿਟ ਦਾ ਤਾਂ ਆਪਣੇ ਕੋਲੇ n ਦੀ ਵੈਲਿਊ ਹੈ ਜਿਹੜੀ ਉਹ ਕਿੰਨੀ ਆ ਜੂਗੀ 1 9.1 10^-31 ਸੋ ਆਪਣੇ ਕੋਲ ਕਿੰਨਾ ਆ ਗਿਆ ਜੀ 1.098 10, 10, so 10 30 ਇਹਦੇ ਵਿੱਚ ਆਨਸਰ ਤੁਹਾਡਾ ਆ ਜਾਏਗਾ ਸੋ ਦਿਸ ਇਜ਼ ਦੀ ਰਾਈਟ ਆਨਸਰ ਸੋ ਇੱਕ ਇਲੈਕਟ੍ਰੋਨ ਦੇ ਮਾਸ ਦੇ ਉੱਤੇ ਹੀ ਅਸੀਂ ਉਹਨੂੰ ਡਿਵਾਈਡ ਕਰ ਦਾਂਗੇ ਤਾਂ ਸਾਡੇ ਕੋਲੇ ਉਹ ਨੰਬਰ ਆਫ ਇਲੈਕਟ੍ਰੋਨਸ ਆ ਗਏ ਇੰਨੇ ਇਲੈਕਟ੍ਰੋਨਸ ਇਕੱਠੇ ਹੋਣਗੇ ਫੇਰ ਸਾਡੇ ਕੋਲੇ ਕੀ ਬਣੂਗਾ 1 ਕਿਲੋਗ੍ਰam ਇਲੈਕਟ੍ਰੋਨ ਬਣਨਗੇ ਉਹਨਾਂ ਦਾ ਮਾਸ ਕਿੰਨਾ ਬਣੂਗਾ 1 ਕਿਲੋਗ੍ਰam ਜੇ ਇੰਨੇ ਇਲੈਕਟ੍ਰੋਨ ਇਕੱਠੇ ਹੋਣਗੇ ਚਲੋ ਇਦਾਂ ਦੇ ਕੁਐਸਚਨ ਹੋਰ ਵੀ ਆਪਾਂ ਦੇਖਦੇ ਆਂ ਸੋ ਕਵਾਂਟਾਈਜੇਸ਼ਨ ਦੇ ਬੇਸ ਦੇ ਉੱਤੇ ਤੁਹਾਨੂੰ ਕੁਐਸਚਨ ਇਦਾਂ ਦਾ ਆ ਸਕਦਾ ਹੁਣ ਅਗਲੇ ਕੁਐਸਚਨ ਤੇ ਆਈਏ ਅਗਲਾ ਕੁਐਸਚਨ ਸਾਡੇ ਕੋਲੇ ਆ ਗਿਆ ਹਾਂਜੀ ਸੋ ਕੂਲਮਜ਼ ਲਾ ਕੂਲਮਜ਼ ਲਾ ਅਸੀਂ ਪੜਿਆ ਵੀ ਕੀ ਆ ਜਦੋਂ ਦੋ ਚਾਰजेस ਹੋਣ ਤਾਂ ਉਹ ਇੱਕ ਦੂਜੇ ਦੇ ਉੱਤੇ ਫੋਰਸ ਕਿੰਨੀ ਲਾਉਂਦੇ ਆ ਤੇ ਕੂਲਮ ਲਾ ਸਾਨੂੰ ਕੀ ਕੱਢ ਕੇ ਦੱਸਦਾ ਫੋਰਸ ਫੋਰਸ ਚਾਹੇ ਅਟਰੈਕਟਿਵ ਅਟਰੈਕਟਿਵ ਫੋਰਸ ਹੋਵੇ ਚਾਹੇ ਰਪਲਸਿਵ ਫੋਰਸ ਹੋਵੇ ਦੋਨੇ ਦਾਦ ਵੀ ਕਿੰਨੀ ਆ ਤੇ ਦੋ ਚਾਰजेस ਨੇ ਜੇ q1 ਤੇ q2 ਦੋ ਚਾਰजेस ਪਏ ਆ ਆਪਣੇ ਕੋਲੇ ਆ ਮੈਂ ਪੁਆਇੰਟ ਲਾ ਦਿੰਨਾ ਇੱਥੇ ਤੇ ਪਏ ਆ ਇਹਨਾਂ ਦਾ ਡਿਸਟੈਂਸ ਆ ਜਿਹੜਾ ਇਹਨਾਂ ਦੇ ਵਿਚਾਰ ਆ ਤੁਹਾਨੂੰ ਇਹਦਾ ਪਤਾ ਆਪਾਂ ਸਿਰਫ ਥੋੜੀ ਜਿਹੀ ਰਿਵੀਜ਼ਨ ਕਰ ਰਹੇ ਹਾਂ ਤੇ ਫੋਰਸ ਆ ਜਿਹੜੀ ਬੀਟਵੀਨ ਥੀਸ ਟੂ ਚਾਰजेस ਤਾਂ ਉਹ ਸਾਡੇ ਕੋਲੇ ਕਿੰਨੀ ਆਏਗੀ f k q1 q2 r2 ਇਹ ਬੇਟਾ ਤੁਹਾਨੂੰ ਪਤਾ ਤੇ k ਆ ਜਿਹੜਾ ਉਹ ਵੀ ਤੁਹਾਨੂੰ ਪਤਾ ਵੀ k ਆ ਜਿਹੜੀ ਆ ਸਾਡੇ ਕੋਲੇ 1 4 π ε0 ਆ ਫੋਰਸ ਆ ਕਿਉਂਕਿ ਇਸ ਕਰਕੇ ਇਹਦੇ ਯੂਨਿਟ ਹੋਣਗੇ ਨਿਊਟਨ ਦੇ ਵਿੱਚ ਹੁਣ ਆ ਕ ਨੂੰ ਥੋੜਾ ਜਿਹਾ ਡਿਸਕਸ ਕਰ ਲਈਏ ਜਿਹੜਾ ਕੇ ਆ ਕਨਸਟੈਂਟ ਇੱਥੋਂ ਕਈ ਵਾਰੀ ਕੁਐਸਚਨ ਇਹ ਆ ਜਾਂਦਾ ਵੀ ਜਿਹੜੀ ਆ ਐਪਸਾਈਲਨ 0 ਆ ਐਪਸਾਈਲਨ 0 ਦੀਆਂ ਡਾਈਮੈਨਸ਼ਨਲ ਫਾਰਮੂਲਾ ਕੀ ਹੈ ਸੋ ਬਾਕੀ ਤੁਹਾਨੂੰ ਸਾਰਾ ਕੁਝ ਯਾਦ ਹੁੰਦਾ ਤੁਹਾਨੂੰ ਇਹਦੀ ਵੈਲਿਊ ਵੀ ਪਤਾ ਹੁੰਦੀ ਆ 8.854 into 10 to the power -12 per newton per meter square coulomb square ਪਰ ਇਹਦਾ ਡਾਈਮੈਨਸ਼ਨਲ ਫਾਰਮੂਲਾ ਪੇਪਰ 'ਚ ਆ ਜਾਂਦਾ ਪਲੱਸ 1 ਚ ਆਪਾਂ ਕੀਤੇ ਹੋਏ ਐਡਮੈਨਸ਼ਨਲ ਫਾਰਮੂਲੇ ਥੋੜਾ ਬਹੁਤਾ ਭੁੱਲ ਜਾਂਦੇ ਆ ਤੇ ਇੱਥੇ ਕਿਵੇਂ ਕਰਾਂਗੇ ਸੋ ਇੱਥੋਂ ਸਿੰਪਲ ਤੁਸੀਂ ਗੱਲ ਯਾਦ ਰੱਖ ਲੈਣੀ ਆ ਵੀ ਆਹੀ ਫਾਰਮੂਲਾ F 1 4 π ε 0 q1 q2 r² ਇੱਥੋਂ ਹੀ ਆਪਾਂ ਇਹਦਾ ਐਡਮੈਨਸ਼ਨਲ ਫਾਰਮੂਲਾ ਬਣਾ ਡਾਈਮੈਨਸ਼ਨਲ ਫਾਰਮੂਲਾ ਬੇਟਾ ਨਾਟ ਯੂਨਿਟਸ ਰਮਨਦੀਪ ਇਹਦਾ ਡਾਈਮੈਨਸ਼ਨਲ ਫਾਰਮੂਲਾ ਬਣਾਵਾਂਗੇ ਕਿ ਕਿਵੇਂ ਬਣਾਵਾਂਗੇ ਦੇਖੋ ਲੈਫਟ ਹੈਂਡ ਸਾਈਡ ਤੇ ਫੋਰਸ ਆ ਆਪਾਂ ਨੂੰ ਪਤਾ ਐਮ ਐਲ ਟੀ ਮਾਈਨਸ 2 ਇਧਰਲੇ ਪਾਸੇ ਸਾਡੇ ਕੋਲੇ 1/4 ਪਾਈ ਕਨਸਟੈਂਟ ਆਗੇ ਇਹਨਾਂ ਦੀ ਕੋਈ ਡਾਈਮੈਂਸ਼ਨ ਨਹੀਂ ਕਯੂ 1 ਕਯੂ 2 ਦੀ ਡਾਈਮੈਂਸ਼ਨ ਮੈਂ ਤੁਹਾਨੂੰ ਕੱਢਣੀ ਦੱਸੂਗਾ ਪਰ ਪਹਿਲਾਂ ਮੈਂ ਤੁਹਾਨੂੰ ਚਾਂਸ ਦਿੰਨਾ ਐਪਸਾਈਲਨ ਨਾਟ ਇਧਰ ਆਪਾਂ ਵਸਾਈਲਨ ਆਰਡਰ ਨੂੰ ਨਹੀਂ ਛੇੜਨਾ ਕਿਉਂਕਿ ਆਪਾਂ ਇਹਦੀਆਂ ਡਾਈਮੈਂਸ਼ਨਾਂ ਕੱਢਣੀਆਂ ਨੇ ਆ ਬਾਕੀ ਸਾਰੀਆਂ ਦੀਆਂ ਡਾਈਮੈਂਸ਼ਨਾਂ ਆ ਆਪਾਂ ਇੱਥੇ ਪੁੱਟ ਕਰਾਂਗੇ ਚਾਰਜ ਦੀ ਡਾਈਮੈਂਸ਼ਨ ਦਾ ਹਿੰਟ ਦੇ ਦੇਣਾ ਪਹਿਲਾਂ I Q T ਹੁੰਦਾ ਕਰੰਟ ਕਰੰਟ ਚਾਰਜ ਟਾਈਮ ਤੇ ਚਾਰਜ ਹੋ ਗਿਆ ਕਰੰਟ ਟਾਈਮ ਤੇ ਕਰੰਟ ਦੀਆਂ ਡਾਈਮੈਂਸ਼ਨਾਂ ਹੁੰਦੀਆਂ ਐਂਪੀਅਰ ਤੇ T ਹੋ ਗਿਆ ਟਾਈਮ ਦਾ ਇਹ ਡਾਈਮੈਂਸ਼ਨਾਂ ਬਣ ਗਈਆਂ ਚਾਰਜ ਦੀਆਂ ਤੇ ਬਾਕੀ ਤੁਹਾਨੂੰ ਪਤਾ ਹੈ ਤੇ ਹੁਣ ਤੁਹਾਨੂੰ ਮੈਂ 2 ਮਿੰਟ ਦਾ ਟਾਈਮ ਦਿੰਦਾ ਐਪਸਾਈਲਨ ਨੋਟ ਦੀ ਡਾਈਮੈਂਸ਼ਨਾਂ ਕੈਲਕੂਲੇਟ ਕਰੋ ਠੀਕ ਹੈ ਅਕਸ਼ਪ੍ਰੀ ਠੀਕ ਹੈ ਬਟੇ ਐਪਸਾਈਲਨ ਨੋਟ ਦੀ ਡਾਈਮੈਂਸ਼ਨਾਂ ਹੁਣ ਕੈਲਕੂਲੇਟ ਕਰਕੇ ਦੱਸੋ ਵੀ ਕਿੰਨੀ ਆਉਣਗੀਆਂ एप्सिलॉन नोट ਦੀਆਂ ਡਾਈਮੈਂਸ਼ਨਸ ਕੈਲਕੂਲੇਟ ਕਰਕੇ ਦੱਸੋ ਉਸ ਤੋਂ ਬਾਅਦ ਫਿਰ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਆਂ ਨਾ ਕਰਨੀ ਲੱਗਣਾ ਚਾਹੀਦਾ ਸੋ ਮੈਂ ਇੱਥੋਂ ਅਬਸਾਈਲੈਂਟ ਨੋਡ ਨੂੰ ਲੈਫਟ ਸਾਈਡ ਤੇ ਲੈ ਜਾਊਗਾ ਸਾਰੀਆਂ ਨੋਮੈਂਸ਼ਨਾਂ ਥੱਲੇ ਆ ਜਾਣਗੀਆਂ Q1 Q2 ਦੋਨੇ ਚਾਰजेस ਨੇ ਤੋਂ AT ਸਾਡੇ ਕੋਲ ਉੱਪਰ ਆ ਗਿਆ ਦੋ ਵੇਰੀ نیچے ਕੀ ਰਹਿ ਗਿਆ نیچے MLT -2 ਆ ਗਿਆ ਲੈਫਟ ਸਾਈਡ ਤੋਂ ਤੇ ਸੁਖਵੀਰ ਨੇ ਦੇ ਦਿੱਤਾ ਆਨਸਰ M -1 T L -2 344 ए चलो ਆਪਾਂ ਦੇਖਦੇ ਆ ਕੈਲਕੂਲੇਟ ਕਰਦੇ ਆ ਹੁਣੇ ਵੀ ਅਪਸਾਈਲਨ ਨੋਟ ਦੀਆਂ ਜਿਹੜੀਆਂ ਡਾਈਮੈਂਸ਼ਨਸ ਨੇ ਉਹ ਸਾਡੇ ਕੋਲੇ ਕੀ ਆਉਂਦੀਆਂ ਨੇ ਕਲੀਅਰ ਸਾਊਂਡ ਨਹੀਂ ਆ ਰਹੀ ਬੇਟੇ ਇਹ ਹੁਣ ਥੋੜਾ ਜਿਹਾ ਤੁਹਾਡੇ ਨੈਟ ਦੀ ਪ੍ਰੋਬਲਮ ਹੋ ਸਕਦੀ ਹੈ ਕੋਈ ਗੱਲ ਨਹੀਂ ਤੁਸੀਂ ਥੋੜੇ ਜਿੱਥੇ ਰੇਂਜ ਜ਼ਿਆਦਾ ਆਉਂਦੀ ਹੈ ਉੱਥੇ ਥੋੜਾ ਜਿਹਾ ਸ਼ਿਫਟ ਕਰਕੇ ਦੇਖੋ ਲਓ ਜੀ r² ਮੀਨਸ ਆਰ ਸਾਡੇ ਕੋਲੇ ਡਿਸਟੈਂਸ ਆ ਸੋ ਇਸ ਕਰਕੇ ਐਲ ਸਕੁਅਰ ਹੋ ਗਿਆ ਹੁਣ ਤੁਸੀਂ ਸੋਲਵ ਕਰ ਸਕਦੇ ਹੋ ਆਪਣੇ ਆਪ ਜਿਹੜਾ ਥੱਲੇ ਆ ਟੀ ਇੱਕ ਟੀ ਉੱਪਰ ਇੱਥੇ ਪਿਆ ਇੱਕ ਆ ਪਿਆ ਦੋ ਟੀ ਇਹ ਹੋ ਗਈ ਥੱਲੇੋਂ ਮਾਈਨਸ ਟੀ ਉੱਪਰ ਜਾ ਕੇ ਮਾਈਨਸ 4 ਬਣ ਜੂਗੀ ਤੇ ਹੁਣ ਬਸ ਇਹਨੂੰ ਸੋਲਵ ਕਰਨਾ ਆਪਾਂ ਏ ਏ ਤਾਂ ਆਪਣੇ ਕੋਲੇ ਕਲੀਅਰ ਉੱਪਰ ਦੋ ਆ ਗਿਆ ਟੀ ਆਪਣੇ ਕੋਲੇ ਕਲੀਅਰ ਆ 4 ਆ ਗਿਆ ਕਿਉਂਕਿ ਟੀ ਦੋ ਥੱਲੇ ਸੀ ਉੱਪਰ ਜਾ ਕੇ ਪਲੱਸ ਹੋ ਗਿਆ ਮਾਈਨਸ ਦਾ ਦੋ ਟੀ ਪਹਿਲਾਂ ਹੀ ਉੱਪਰ ਪਈਆਂ ਨੇ ਹੁਣ ਐਮ ਜਿਹੜਾ ਹੈ ਉੱਪਰ ਜਾ ਕੇ -1 ਹੋ ਜਾਏਗਾ ਤੇ ਐਲ ਆ ਜਿਹੜਾ 2 ਮੇਰੇ ਕੋਲ ਇੱਥੇ ਪਿਆ ਤੇ 1 ਮੇਰੇ ਕੋਲ ਆ ਪਿਆ ਤੇ ਉੱਪਰ ਜਾ ਕੇ -3 ਹੋ ਜਾਏਗਾ ਸੋ ਆ ਮੇਰੇ ਕੋਲ ਡਾਈਮੈਂਸ਼ਨ ਆ ਜਾਣਗੀਆਂ ਜੀ ਦੇਖੋ A 2 T 4 L -3 ਤੇ M -1 ਸੋ ਦਿਸ ਇਜ਼ ਦੀ ਡਾਈਮੈਨਸ਼ਨਲ ਫਾਰਮੂਲਾ ਫਾਰ ਐਪਸਾਈਲਨ 0 ਤੋਂ ਕੋਈ ਰੱਟਾ ਨਹੀਂ ਲਾਉਣਾ ਇਹਨੂੰ ਇਹਨੂੰ ਸਿਰਫ ਅਸੀਂ ਕੂਲਮ ਲਾਦਾ ਫਾਰਮੂਲਾ ਯਾਦ ਰੱਖਣਾ ਤੇ Q ਦੀਆਂ ਡਾਈਮੈਂਸ਼ਨ ਯਾਦ ਰੱਖਣੀਆਂ ਵੀ ਇਹੇ ਆਪਾਂ ਕਰੰਟ ਤੋਂ ਕੀਤੀਆਂ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਸ਼ਾਬਾਸ਼ ਬਟੇ ਜਿਨ੍ਹਾਂ ਨੇ ਆਨਸਰ ਦਿੱਤਾ ਉਹ ਸਹੀ ਆ ਸੋ ਆ ਤੁਸੀਂ ਆਨਸਰ ਸਕਰੀਨ ਤੇ ਦੇਖ ਸਕਦੇ ਹੋ ਹੁਣ ਆਪ ਅਗਲੇ ਕੁਐਸਚਨ ਤੇ ਚੱਲੀਏ ਅਗਲਾ ਕੁਐਸਚਨ ਆ ਜਿਹੜਾ ਉਹ ਇਹ ਆ ਵੀ ਕੀ ਦੋ ਸੇਮ ਚਾਰजेस ਦੀਆਂ ਬਾਡੀਜ਼ ਕੈਨ ਟੂ ਲਾਈਕ ਚਾਈਲਡ ਬਾਡੀਜ਼ ਅਟਰੈਕਟ ਈਚ ਅਦਰ ਆ ਕੁਐਸਚਨ ਆ ਦਿਓ ਆਨਸਰ ਇਹਦਾ ਕੈਨ ਟੂ ਲਾਈਕ ਚਾਈਲਡ ਬਾਡੀਜ਼ ਅਟਰੈਕਟ ਈਚ ਅਦਰ ਦੋਨਾਂ ਦੇ ਉੱਤੇ ਇੱਕੋ ਜਿਹਾ ਚਾਰਜ ਆ ਚਾਹੇ ਪੋਜ਼ਿਟਿਵ ਆ ਚਾਹੇ ਨੈਗੇਟਿਵ ਆ ਦੋਨਾਂ ਤੇ ਨੇਚਰ ਆਫ ਚਾਰਜ ਆ ਜਿਹੜਾ ਉਹ ਸੇਮ ਆ ਆਪਾਂ ਨੂੰ ਪਤਾ ਵੀ ਲਾਈਕ ਚਾਰਜ ਸਿਰ ਪਹਿਲ ਕਰਦੇ ਆ ਜਨਰਲੀ ਪਰ ਕੁਐਸਚਨ ਕੀ ਆ ਵੀ ਕੀ ਚਾਰਜਡ ਬਾਡੀਜ਼ ਅਟਰੈਕਟ ਕਰ ਸਕਦੀਆਂ ਨੇ ਜੇ ਕਰ ਸਕਦੀਆਂ ਤਾਂ ਕਿਸ ਕੇਸ 'ਚ ਕਰ ਸਕਦੀਆਂ ਜਾਂ ਨਹੀਂ ਕਰ ਸਕਦੀਆਂ ਨਹੀਂ ਆਨਸਰ ਆ ਰਿਹਾ ਸਾਰਿਆਂ ਦਾ ਓਕੇ ਚਲੋ ਆਪਾਂ ਹੁਣ ਇੱਕ ਕੇਸ ਸਟਡੀ ਕਰਦੇ ਹਾਂ ਮੰਨ ਲੈਂਦੇ ਆਂ ਵੀ ਇੱਕ ਬਾਡੀ ਆ ਮੇਰੇ ਕੋਲੇ ਜਿਹੜੀ ਇਹਦੇ ਉੱਤੇ ਚਾਰਜ ਆ ਬੜਾ ਥੋੜਾ ਜਿਹਾ ਸਪੋਜ਼ ਕਰ ਲੈਂਦੇ ਆਪਾਂ ਇਹਦੇ ਉੱਤੇ ਚਾਰਜ ਆ 1 ਯੂਨਿਟ ਚਾਰਜ ਦੂਸਰੀ ਬਾਡੀ ਆ ਜਿਹੜੀ ਉਹਦੇ ਉੱਤੇ ਜਿਹੜਾ ਚਾਰਜ ਆ ਉਹ ਬਹੁਤ ਜ਼ਿਆਦਾ ਆ ਵੈਸੇ ਇੱਕ ਐਗਜ਼ਾਮਪਲ ਲੈ ਲੈਂਦੇ ਆ 100 ਯੂਨਿਟਸ ਚਾਰਜ ਆ ਜੀ ਦੂਸਰੀ ਬਾਡੀ ਦੇ ਦੋਨਾਂ ਦੇ ਉੱਤੇ ਮੰਨ ਲੈਂਦੇ ਆ ਪੋਜ਼ਿਟਿਵ ਚਾਰਜ ਆ ਇਹਦੇ ਉੱਤੇ ਵੀ ਪੋਜ਼ਿਟਿਵ ਆ ਇਹਦੇ ਉੱਤੇ ਬਹੁਤ ਜ਼ਿਆਦਾ ਪੋਜ਼ਿਟਿਵ ਚਾਰਜ ਆ ਹੁਣ ਕੀ ਹੋਏਗਾ ਜਦੋਂ ਅਮਰ ਵੀਰ ਅਨਲਾਈਕ ਵਿੱਚ ਅਟਰੈਕਟ ਕਰਦੇ ਹਨ ਹਾਂ ਬਟ ਆਪਾਂ ਲਾਈਕ ਚਾਰजेस ਦੀ ਗੱਲ ਕਰ ਰਹੇ ਹਾਂ ਦੋਨਾਂ ਤੇ ਲਾਈਕ ਚਾਰਜ ਆ ਇੱਕ ਦੇ ਉੱਤੇ 1 ਯੂਨਿਟ ਆ ਦੂਸਰੇ ਦੇ ਉੱਤੇ ਬਹੁਤ ਜ਼ਿਆਦਾ ਚਾਰਜ ਆ ਹੁਣ ਕੀ ਹੋਏਗਾ ਹੁਣ ਜੇਕਰ ਇਹਨਾਂ ਨੂੰ ਨੇੜੇ ਲਿਆਂਦਾ ਜਾਂਦਾ ਤਾਂ ਜਿਹੜੀ ਫਸਟ ਬੋਡੀ ਆ ਜਿਹਨੂੰ ਨੰਬਰ 1 ਬਾ ਦਿਨਾ ਸੈਕੰਡ 2 ਟੂ ਬੋਡੀ ਆ ਫਸਟ ਬੋਡੀ ਦੇ ਕੋਲੇ ਲੈ ਕੇ ਆਂਦਾ ਜਾਂਦਾ 2 ਨੂੰ ਤਾਂ ਕੀ ਹੋਏਗਾ ਜਿਹੜੀ ਇੰਡਿਊਸਡ ਚਾਰजेस ਹੋਣਗੇ ਉਹ ਵੱਧ ਜਾਣਗੇ ਪਹਿਲਾਂ ਵਾਲੇ ਚਾਰਜ ਨਾਲੋਂ ਤਾਂ ਕੀ ਹੋਏਗਾ ਇੰਡਕਸ਼ਨ ਦੇ ਕਰਕੇ ਫਸਟ ਬੋਡੀ ਆ ਜਿਹੜੀ ਇਹਦੇ ਇਧਰਲੇ ਪਾਸੇ 네ਗੇਟਿਵ ਚਾਰਜ ਇਕੱਠੇ ਹੋ ਜਾਣਗੇ ਜਿਹੜੇ ਕਿ ਅਕੋਰਡਿੰਗ ਟੂ ਦੀ ਚਾਰਜ ਔਨ ਸੈਕੰਡ ਬੋਡੀ ਹੋਣਗੇ ਸੋ ਵਿਚ ਵਿਲ ਬੀ ਮੋਰ ਇਨ ਨੰਬਰ ਦੈਨ ਦੀ ਪੋਜ਼ਿਟਿਵ ਚਾਰਜ ਔਨ ਦੀ ਫਸਟ ਬੋਡੀ ਸੋ ਇਹਦਾ ਮਤਲਬ ਕੀ ਹੋ ਗਿਆ ਵੀ ਚਾ ਭਾਵੇਂ ਇਹ ਪਹਿਲਾਂ ਦੋਨੇ ਬੋਡੀਜ਼ ਲਾਈਕ ਸੀਗੀਆਂ ਪਰ ਕੇਸ ਕੀ ਬਣ ਗਿਆ ਜਦੋਂ ਇੱਕ ਬੋਡੀ ਦੇ ਉੱਤੇ ਚਾਰਜ ਬਹੁਤ ਜ਼ਿਆਦਾ ਐਜ਼ ਕੰਪੇਅਰ ਟੂ ਫਸਟ ਬੋਡੀ ਤਾਂ ਫਿਰ ਇਹ ਇੰਡਕਸ਼ਨ ਕਰਕੇ ਚਾਰजेस ਆ ਜਿਹੜੇ ਉਹ ਆਪੋਜ਼ਿਟ ਕ੍ਰੀਏਟ ਹੋ ਜਾਣਗੇ ਤੇ ਬਾਡੀਜ਼ ਅਟਰੈਕਟ ਕਰ ਸਕਦੀਆਂ ਨੇ ਸੋ ਇਹ ਕੁਐਸਚਨ ਵੀ ਪੇਪਰ ਚ ਆ ਸਕਦਾ ਪਰ ਸਪੈਸ਼ਲ ਕੇਸ ਤੁਹਾਨੂੰ ਦੱਸਣਾ ਪਵੇਗਾ ਵੀ ਕਿਹੜੇ ਕੇਸ ਦੇ ਵਿੱਚ ਇਹ ਅਟਰੈਕਟ ਕਰ ਸਕਦੀਆਂ ਨੇ ਤੇ ਕਿਉਂ ਯੂ ਹੈਵ ਟੂ ਐਕਸਪਲੇਨ ਆਦਰਵਾਇਜ਼ ਜੇ ਲਾਈਕ ਚਾਰजेस ਕਿਸੇ ਬਾਡੀ ਤੇ ਹੈਗਾ ਉਹ ਕਦੇ ਵੀ ਅਟਰੈਕਟ ਨਹੀਂ ਕਰਨਗੀਆਂ ਪਰ ਇਦਾਂ ਦੇ ਸਪੈਸ਼ਲ ਕੇਸ ਚ ਕਰ ਸਕਦੀਆਂ ਇਸ ਤੋਂ ਬਾਅਦ ਸਾਡੇ ਕੋਲੇ ਕੁਐਸਚਨ ਆ ਜਾਂਦਾ ਕੀ ਜੇਕਰ ਕੋਈ ਬਾਡੀ ਮੋਸ਼ਨ 'ਚ ਹੋਵੇ ਕੀ ਜੇਕਰ ਕੋਈ ਬਾਡੀ ਮੋਸ਼ਨ 'ਚ ਹੋਵੇ ਤਾਂ ਕੀ ਉਹਦਾ ਚਾਰਜ ਆ ਜਿਹੜਾ ਉਹ ਅਫੈਕਟ ਹੋ ਸਕਦਾ ਸੋ ਇਲੈਕਟ੍ਰਿਕ ਚਾਰਜ ਦੇ ਉੱਤੇ ਬਾਡੀ ਦੇ ਮੋਸ਼ਨ ਦਾ ਕੋਈ ਫਰਕ ਪੈਂਦਾ? ਸੋ ਇਹਦਾ ਸਾਡੇ ਕੋਲੇ ਆਨਸਰ ਕੀ ਹੋ ਸਕਦਾ? ਬਾਡੀ ਮੋਸ਼ਨ ਚ ਤੇ ਉਹਦੇ ਉੱਤੇ ਚਾਰਜ ਆ ਤੇ ਸਪੀਡ ਆਫ ਦੀ ਬਾਡੀ ਇਲੈਕਟ੍ਰਿਕ ਚਾਰਜ ਨੂੰ ਇਫੈਕਟ ਕਰੇਗੀ। ਹਾਂਜੀ ਸੋਚ ਕੇ ਦਿਓ ਜਵਾਬ। ਯੂਵਰਾਜ ਦਾ ਆਨਸਰ ਆਇਆ ਯੈਸ। ਬਾਕੀ ਸਟੂਡੈਂਟ ਵੀ ਜਵਾਬ ਦਿਓ ਸੋਚ ਕੇ ਕਿ ਬਾਡੀ ਇੱਕ ਚਾਰਜਡ ਬਾਡੀ ਮੋਸ਼ਨ ਦੇ ਉੱਤੇ ਦਾ ਕੋਈ ਫਰਕ ਪਏਗਾ ਰਮਨਦੀਪ ਜਸ ਬਾਕੀ ਸਟੂਡੈਂਟ ਵੀ ਜਵਾਬ ਦਿਓ ਇਟ ਕ੍ਰੀਏਟਸ ਮੈਗਨੇਟਿਕ ਫੀਲਡ ਉਹ ਬੇਟੇ ਅਨਦਰ ਇਸ਼ੂ ਆ ਆਪਾਂ ਸਿਰਫ ਇੱਥੇ ਗੱਲ ਸਿਰਫ ਕੁਐਸਚਨ ਇੰਨਾ ਹੀ ਆ ਵੀ ਬਾਡੀ ਦੇ ਉੱਤੇ ਚਾਰਜ ਆ ਤੇ ਚਾਰਜ ਬਾਡੀ ਦੀ ਸਪੀਡ ਕਰਕੇ ਅਫੈਕਟਡ ਹੋਏਗਾ ਉਹ ਦੇ ਡਿਪੈਂਡੈਂਟ ਆ ਜਾਂ ਇੰਡੀਪੈਂਡੈਂਟ ਆ ਓਕੇ ਸੋ ਇਹਦਾ ਸਾਡੇ ਕੋਲ ਹੁਣ ਆਪਾਂ ਆਨਸਰ ਦਈਏ ਚਾਰਜ ਦੀਆਂ ਬੇਟੇ ਆਪਾਂ ਪ੍ਰੋਪਰਟੀਆਂ ਪੜ੍ਹੀਆਂ ਨੇ ਬੇਸਿਕ ਸਪੀਡ ਡੋ ਨਾਟ ਅਫੈਕਟ ਚਾਰਜ ਬਟ 듀 ਟੂ ਮੋਸ਼ਨ ਬਾਡੀ ਗਨ ਚਾਰਜ ਚੇਂਜ ਪਵਨਿੰਦਰ ਠੀਕ ਹੈ ਸੋ ਇਹਦੇ ਆਪਾਂ ਅਨਸਰ ਪ੍ਰੋਪਰਟੀਆਂ ਪੜ੍ਹੀਆਂ ਬਟੇ ਆਪਾਂ ਚਾਰਜ ਦੀਆਂ ਪਹਿਲਾਂ ਇਹ ਪ੍ਰੋਪਰਟੀਆਂ ਦੇ ਬੇਸ ਦੇ ਉੱਤੇ ਹੀ ਆ ਪਹਿਲੀ ਪ੍ਰੋਪਰਟੀ ਆਪਾਂ ਪੜ੍ਹੀ ਆ ਵੀ ਕਨਜ਼ਰਵਡ ਆ ਦੂਸਰੀ ਪ੍ਰੋਪਰਟੀ ਆਪਾਂ ਪੜ੍ਹੀ ਆ ਕੁਆਂਟਾਈਜ਼ਡ ਆ ਤੀਸਰੀ ਪ੍ਰੋਪਰਟੀ ਆਪਾਂ ਪੜ੍ਹੀ ਆ ਵੀ ਸਕੈਲਰ ਕੁਆਂਟੀਟੀ ਆ ਚੌਥੀ ਪ੍ਰੋਪਰਟੀ ਆਪਾਂ ਪੜ੍ਹੀ ਆ ਵੀ ਐਡੀਟਿਵ ਨੇਚਰ ਆ ਸੋ ਇੱਕੇ ਦੀ ਹੋਰ ਪ੍ਰੋਪਰਟੀ ਇਹ ਵੀ ਆ ਵੀ ਜਿਹੜੀ ਸਪੀਡ ਆ ਸਪੀਡ ਡੂ ਨਾਟ ਅਫੈਕਟ ਔਨ ਚਾਰਜ ਸਪੀਡ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਚਾਰਜ ਮਤਲਬ ਜਿਹੜਾ ਬੋਡੀ ਦੇ ਉੱਤੇ ਚਾਰਜ ਆ ਉਹ ਫ੍ਰੈਕਸ਼ਨਲ ਜਿਸ ਕਾਰਨ ਫਿਜ਼ਿਕਸ ਫ੍ਰੈਕਸ਼ਨਲ ਇਲੈਕਟ੍ਰਿਸਿਟੀ ਇਜ਼ ਅ ਡਿਫਰੈਂਟ ਇਸ਼ੂ ਉਹ ਡਿਫਰੈਂਟ ਆ ਵੀ ਇਹਦੇ ਉੱਤੇ ਚਾਰਜ ਫ੍ਰੈਕਸ਼ਨ ਕਰਕੇ ਹੋਰ ਆ ਸਕਦਾ ਬਾਡੀ ਦੇ ਉੱਤੇ ਡਿਕਰੀਜ਼ ਹੋ ਸਕਦਾ ਜਾਂ ਇਨਕਰੀਜ਼ ਹੋ ਸਕਦਾ ਡਿਪੈਂਡ ਕਰਦਾ ਉਹਦੀ ਨੇਚਰ ਤੇ ਪਰ ਜਿਹੜਾ ਆਲਰੇਡੀ ਬਾਡੀ ਦੇ ਉੱਤੇ ਚਾਰਜ ਆ ਉਹ ਸਪੀਡ ਦਾ ਦੇ ਨਾਲ ਉਹ ਇੰਡੀਪੈਂਡੈਂਟ ਰਹਿੰਦਾ ਇਟ ਇਜ਼ ਇੰਡੀਪੈਂਡੈਂਟ ਆਫ ਦੀ ਸਪੀਡ ਆਫ ਦੀ ਬਾਡੀ ਜੇਕਰ ਫ੍ਰੈਕਸ਼ਨਲ ਹੁੰਦੀ ਆ ਤਾਂ ਉਹ ਚਾਰਜ ਨੂੰ ਵਧਾ ਘਟਾ ਸਕਦਾ ਪਰ ਜਿਹੜਾ ਪਹਿਲਾਂ ਹੀ ਚਾਰਜ ਬਾਡੀ ਤੇ ਮੌਜੂਦ ਆ ਉਹਦਾ ਸਪੀਡ ਦੇ ਨਾਲ ਕੋਈ ਵੀ ਫਰਕ ਨਹੀਂ ਪੈਣਾ ਇਹ ਤੁਸੀਂ ਯਾਦ ਰੱਖ ਸਕਦੇ ਹੋ ਜੇ ਤੋ ਅੱਗੇ ਹੁਣ ਆਪਾਂ ਇੱਕ ਹੋਰ ਕੁਐਸਚਨ ਕਰ ਲਈਏ ਸੋ ਸਟੇਟਮੈਂਟ ਤੁਸੀਂ ਸਾਰੇ ਜਾਣੇ ਲਿਖੋਗੇ ਇੱਕ ਲਿਕਵਿਡ ਡ੍ਰੌਪ ਆ ਏ ਲਿਕਵਿਡ ਡ੍ਰੌਪ ਕਿਸੇ ਵੀ ਲਿਕਵਿਡ ਦਾ ਕੋਈ ਛੋਟਾ ਜਿਹਾ ਡ੍ਰੌਪ ਆ ਹੈਜ਼ 20 ਐਕਸੈਸ ਇਲੈਕਟ੍ਰੋਨਸ ਕੈਲਕੂਲੇਟ ਦੀ ਚਾਰਜ ਆਨ ਦੀ ਲਿਕਵਿਡ ਡ੍ਰੌਪ ਲਓ ਇਹ ਕੈਲਕੂਲੇਟ ਕਰਕੇ ਦਿਖਾਓ ਸੋ 2 ਮਿੰਟ ਤੁਹਾਨੂੰ ਦੇਣ ਜਾ ਰਹੇ ਹਾਂ ਸੋ 2 ਮਿੰਟਾਂ ਦੇ ਬਾਅਦ ਆਪਾਂ ਇਹਦਾ ਆਨਸਰ ਆ ਜਿਹੜਾ ਉਹ ਦੇਖਦੇ ਹਾਂ ਤੁਸੀਂ ਕੀ ਕੱਢਦੇ ਹੋ ਕੋਣ ਜੇ ਇਹ ਚਾਰਜ ਦੱਸਿਆ ਤਾਂ ਤੁਸੀਂ ਚਾਰਜ ਦੀ ਮੈਗਨੀਟਿਊਡ ਵੀ ਦੱਸਣਾ ਤੇ ਨਾਲ ਨੇਚਰ ਵੀ ਦੱਸਣੀ ਆ ਦੋਨੇ ਚੀਜ਼ਾਂ ਦੱਸੋਗੇ ਇਹ ਲਿਕੁਇਡ ਡ੍ਰੌਪ ਹੈਜ਼ 20 ਐਕਸੈਸ ਇਲੈਕਟ੍ਰੋਨਸ ਵਾਧੂ ਇਲੈਕਟ੍ਰੋਨ ਨੇ ਉਹਦੇ ਕੋਲੇ 20 ਤੇ ਆਪਾਂ ਇਹ ਦੱਸਣਾ ਵੀ ਉਹਦੇ ਤੇ ਚਾਰਜ ਕਿੰਨਾ ਆਏਗਾ ਹਾਂਜੀ ਬੇਟੇ ਦੱਸੋ ਆਨਸਰ ਜਲਦੀ ਦੋ ਤਿੰਨ ਬੱਚਿਆਂ ਨੇ ਦੱਸਿਆ ਬਾਕੀ ਜਣੇ ਵੀ ਦੱਸੋ 20 ਇਲੈਕਟ੍ਰੋਨ ਐਕਸੈਸ ਨੇ ਤਾਂ ਉਹਦੇ ਵਿੱਚ ਬੋਡੀ ਦੇ ਆਪਣੇ ਡ੍ਰੌਪ ਦੇ ਉੱਤੇ ਕਿੰਨਾ ਚਾਰਜ ਐਕਸੈਸ ਆਏਗਾ ਇਹਦੇ ਵਿੱਚ ਜਿਹੜੇ ਜਦੋਂ ਵੀ ਐਦਾਂ ਦਾ ਕੁਐਸਚਨ ਆਵੇ ਤਾਂ ਉਹਦੇ ਵਿੱਚ ਆਪਾਂ ਇਹ ਦੇਖਣਾ ਵੀ ਚਾਰਜ ਦੇ ਦੱਸਣਾ ਹੈ ਇਹ ਫਾਰਮੂਲਾ ਸਾਡੇ ਕੋਲ ਲੱਗੇਗਾ ਕੁਆਂਟਾਈਜੇਸ਼ਨ ਆਫ ਚਾਰਜ ਵਾਲਾ Q n e ਆਪਾਂ ਕਿਉਂ ਕੱਢਣਾ n ਦੀ ਗਿਣਤੀ ਆਪਾਂ ਨੂੰ ਦੱਸੀ ਹੋਈ ਆ n ਆਪਣੇ ਕੋਲੇ 20 ਹੈ ਤੇ ਇੱਕ ਇਲੈਕਟ੍ਰੋਨ ਦੇ ਉੱਤੇ ਚਾਰਜ ਆਪਾਂ ਨੂੰ ਪਤਾ ਹੈ ਤੋਂ ਸਿੰਪਲੀ ਅਸੀਂ ਕੀ ਕਰਨਾ ਹੈ 20 ਨੂੰ ਗੁਣਾ ਕਰ ਦੇਣਾ ਇੱਕ ਇਲੈਕਟ੍ਰੋਨ ਦੇ ਚਾਰਜ ਤੇ ਤੇ ਆਨਸਰ ਸਾਡਾ ਤਕਰੀਬਨ ਸਾਰੇ ਬੱਚਿਆਂ ਨੇ ਸਹੀ ਆਨਸਰ ਕੈਲਕੂਲੇਟ ਕੀਤਾ ਸੋ ਇਹ ਆ ਜਾਏਗਾ ਸਾਡੇ ਕੋਲੇ ਮਾਈਨਸ 10 3.2 10 रे टू द पावर -18 कूलम ਹੁਣ ਤੁਹਾਡੇ ਵਿੱਚ ਕੁਝ ਬੱਚੇ ਅਨਸਰ ਲਿਖ ਰਹੇ ਆ -32 10 -19 ਅਨਸਰ ਇਹ ਵੀ ਠੀਕ ਆ ਪਰ ਕੋਸ਼ਿਸ਼ ਕਰਿਆ ਕਰੋ ਵੀ ਸਟੈਂਡਰਡ ਫਾਰਮ ਚ ਲਿਖਿਆ ਕਰੋ ਅਨਸਰ ਸਟੈਂਡਰਡ ਫਾਰਮ ਹੁੰਦਾ ਵੀ ਪਹਿਲੇ ਡਿਜੀਟ ਨੂੰ ਛੱਡ ਕੇ ਆਪਾਂ ਪੁਆਇੰਟ ਲਾ ਕੇ ਅਨਸਰ ਲਿਖਣਾ ਹੁੰਦਾ ਸੋ ਠੀਕ ਆ ਸਾਰੇ ਬੱਚਿਆਂ ਦਾ ਅਨਸਰ ਪਰ ਪਿੱਛੇ ਕੂਲਮ ਵੀ ਲਿਖਣਾ ਨਾਲ ਸੀ ਵੀ ਲਿਖਣਾ ਜ਼ਰੂਰੀ ਆ ਜਿਹੜੇ ਬੱਚਿਆਂ ਨੇ ਲਿਖਿਆ ਉਹਨਾਂ ਨੂੰ ਸ਼ਾਬਾਸ਼ ਜਿਨ੍ਹਾਂ ਨੇ ਨਹੀਂ ਲਿਖਿਆ ਉਹ ਆਪਣੀ ਆਦਤ ਬਣਾਓ ਕਿ ਯੂਨਿਟ ਹਮੇਸ਼ਾ ਲਿਖੇ ਜਾਣ ਇੱਕ ਕੁਐਸਚਨ ਆਪਾਂ ਹੋਰ ਕਰ ਲਈਏ ਇਹਦੇ ਬੇਸ ਦੇ ਉੱਤੇ ਕਿਉਂਕਿ ਜਿਹੜੇ ਕੁਐਸਚਨ ਆਉਣੇ ਆ ਇਸ ਯੂਨਿਟ ਦੇ ਵਿੱਚੋਂ ਦੋ ਕੁਐਸਚਨ ਤੁਹਾਨੂੰ ਇੱਕ ਇੱਕ ਨੰਬਰ ਦੇ ਆਉਣੇ ਆ ਉਸ ਤੋਂ ਬਾਅਦ ਦੋ ਕੋਸਟ ਦੋ ਨੰਬਰ ਦਾ ਇੱਕ ਕੁਐਸਚਨ ਹੋਣਾ ਉਹ ਚ ਇੱਕ ਨੰਮਰੀਕਲ ਹੋਊਗਾ ਦੂਸਰਾ ਆਪਣੇ ਕੋਲੇ ਥਿਊਰੀ ਦਾ ਕੁਐਸਚਨ ਹੋਊਗਾ ਤੇ ਤੀਜਾ ਕੁਐਸਚਨ ਇਹ ਚ ਆਊਗਾ ਜੀ 5 ਨੰਬਰ ਦਾ ਸੋ ਟੋਟਲ ਸਾਡੇ ਕੋਲੇ 9 ਨੰਬਰ ਦਾ ਪੇਪਰ ਇਸ ਚੈਪਟਰ ਦੇ ਵਿੱਚੋਂ ਆਪਾਂ ਨੂੰ ਆਉਣਾ ਇਲੈਕਟ੍ਰੋਸਟੈਟਿਕ ਦੇ ਵਿੱਚੋਂ ਸੋ ਕਵਾਂਟਾਈਜ਼ੇਸ਼ਨ ਆਫ ਚਾਰਜ ਦੇ ਜਿਹੜੇ ਕੁਐਸਚਨ ਨੇ ਉਹ ਆ ਸਕਦੇ ਆ ਸੋ ਨੈਕਸਟ ਕੁਐਸਚਨ ਤੇ ਆਈਏ ਕੈਨ ਅ ਬਾਡੀ ਹੈਵ ਅ ਚਾਰਜ ਆਫ ਕੈਨ ਏ ਬਾਡੀ ਹੈਵ ਏ ਚਾਰਜ ਆਫ 2.8 ਇੰਟੂ 10 ਰੇਸ ਟੂ ਦੀ ਪਾਵਰ ਮਾਈਨਸ 18 ਕੂਲਮ ਹੋ ਜੀ ਇਹ ਹੁਣ ਤੁਹਾਨੂੰ ਕੁਐਸਚਨ ਇਹੀ ਆ ਗਿਆ ਵੀ ਕੈਨ ਏ ਬਾਡੀ ਹੈਵ ਏ ਚਾਰਜ ਆਫ 2.8 ਮਤਲਬ ਤੁਹਾਨੂੰ ਚਾਰਜ ਦੀ ਵੈਲਿਊ ਦੇਤੀ 2.8 10^3 18 ਕੂਲਮ ਜਿਵੇਂ ਤੁਸੀਂ ਹੁਣੇ ਆਹ ਕੁਐਸਚਨ ਦਾ ਆਨਸਰ ਕੱਢ ਕੇ ਹਟੇ ਹੋ -3.2 10^-18 ਕੂਲਮ ਹੁਣ ਇਹ ਦੱਸੋ ਵੀ 2.8 10^-18 ਕੂਲਮ ਕੀ ਕਿਸੇ ਬੋਡੀ ਤੇ ਚਾਰਜ ਹੋ ਸਕਦਾ ਇਹ ਕੁਐਸਚਨ ਹੈ ਤਾਂ ਦੋ ਵਾਰ ਤੁਸੀਂ ਇਹਨੂੰ ਜਸਟੀਫਾਈ ਕਰਨਾ ਵੀ ਹੋ ਸਕਦਾ ਜਾਂ ਨਹੀਂ ਹੋ ਸਕਦਾ ਸੋ 2 ਮਿੰਟ ਤੁਹਾਨੂੰ ਦੇ ਦੇ ਰਹੇ ਹਾਂ not possible just ਕਰਨ ਕਹਿੰਦਾ ਚਲੋ ਦੇਖਦੇ ਆ ਬਾਕੀ ਜਣੇ ਵੀ ਜਵਾਬ ਦਿਓ ਹੁਣ ਇਹ ਵੀ ਦੱਸਣਾ ਵੀ ਕਿਉਂ ਨਹੀਂ ਹੋ ਸਕਦਾ ਇਹ ਵੀ ਆਨਸਰ ਲਿਖ ਕੇ ਦੱਸੋ ਨਾਲ ਠੀਕ ਆ ਨੋ ਤਾਂ ਸਾਰਿਆਂ ਨੇ ਲਿਖਤਾ ਪਰ ਦੇ ਵੀ ਦੱਸੋ ਵੀ ਕਿਉਂ ਨਹੀਂ ਹੋ ਸਕਦਾ ਜਸਟੀਫਿਕੇਸ਼ਨ ਵੀ ਲਿਖ ਕੇ ਦਿਓ ਨਾਲ ਠੀਕ ਆ ਜਿਨ੍ਹਾਂ ਨੇ ਨੋ ਦਿੱਤਾ ਆਨਸਰ ਪਰ ਜਸਟੀਫਿਕੇਸ਼ਨ ਵੀ ਦਿਓ ਰਮਨਦੀਪ ਕਹਿੰਦਾ ਨੋਟ ਪੋਸੀਬਲ ਕੋ ਚਾਰजेस ਟਰਾਂਸਫਰਡ ਇਨ ਇੰਟੀਗਰਲ ਵੈਲਿਊ ਬਾਕੀ ਜਣੇ ਨੰਬਰ ਆਫ ਇਲੈਕਟ੍ਰੋਨਸ ਨੇਚਰਲ ਫਾਰਮ ਵਿਚ ਨੀਓਂ ਦੀ ਆ 1.75 ਆਉਂਦਾ ਜੀ ਠੀਕ ਹੈ ਸੋ ਕੁਐਸਚਨ ਸਾਨੂੰ ਮਿਲ ਗਿਆ ਆਨਸਰ ਅਸੀਂ ਕਿਉਵਲ ਇਕੁਅਲ ਟੂ ਪਲੱਸ ਮਾਈਨਸ ਐਨ ਈ ਦੇ ਨਾਲ ਹੀ ਕੱਢਣਾ ਕਿਉ ਦੀ ਵੈਲਿਊ ਸਾਨੂੰ ਦਿੱਤੀ ਆ ਈ ਦੀ ਵੈਲਿਊ ਸਾਨੂੰ ਪਤਾ 1.60 ਟੈਂਸਪਰ ਮਾਈਨਸ 19 ਨਹੀਂ ਦੋ ਐਨ ਆ ਜਿਹੜਾ ਇਹ ਸਾਡੇ ਕੋਲੇ ਇੰਟੀਜਰ ਆਉਣਾ ਚਾਹੀਦਾ ਹੋਲ ਨੰਬਰ ਆਉਣਾ ਚਾਹੀਦਾ ਹੋਲ ਨੰਬਰ ਮਤਲਬ ਪੁਆਇੰਟਾਂ ਵਾਲੀ ਵੈਲਿਊ ਨਹੀਂ ਆਉਣੀ ਚਾਹੀਦੀ ਸੋ ਇਹਦਾ ਮਤਲਬ ਜੇ ਸਾਡਾ ਆਨਸਰ ਇਹਦੇ ਵਿੱਚ n ਦੀ ਵੈਲਿਊ ਪੁਆਇੰਟਾਂ ਦੇ ਵਿੱਚ ਆਉਂਦੀ ਆ ਤਾਂ ਫੇਰ ਇਹ ਚਾਰਜ ਟਰਾਂਸਫਰ ਨਹੀਂ ਹੋ ਸਕਦਾ ਇਹ ਚਾਰਜ ਕਿਸੇ ਬੋਡੀ ਦੇ ਉੱਤੇ ਪੋਸੀਬਲ ਨਹੀਂ ਹੋ ਸਕਦਾ ਹੁਣ ਆਪਾਂ ਇਹ ਕਵਾਂਟਾਈਜੇਸ਼ਨ ਦੇ ਕੁਐਸਚਨ ਬੇਟੇ ਤਾਂ ਕੀਤੇ ਆ ਕਿਉਂਕਿ ਕਵਾਂਟਾਈਜੇਸ਼ਨ ਜਿਹੜਾ ਕਨਸੈਪਟ ਆ ਉਹ ਕਾਫੀ ਇੰਪੋਰਟੈਂਟ ਆ ਹੁਣ ਇਸ ਤੋਂ ਬਾਅਦ ਆਪਾਂ ਆਉਣੇ ਆ ਇਦਾਂ ਦਾ ਹੀ ਇੱਕ ਹੋਰ ਕੁਐਸਚਨ ਦੇ ਉੱਤੇ ਜਿਹੜਾ ਕੂਲਮ ਜ਼ਲਾ ਦੇ ਉੱਤੇ ਸਾਡੇ ਕੋਲੇ 베ਸਟ ਆਏਗਾ ਕੂਲਮ ਜ਼ਲਾ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਮੈਂ ਦੁਬਾਰੇ ਇੱਥੇ ਰਿਪੀਟ ਹੁਣ ਨਹੀਂ ਕਰੂੰਗਾ ਤੇ ਪਰ ਅਸੀਂ ਇੱਕ ਕੁਐਸਚਨ ਉਹਦੇ ਨਾਲ ਦਾ ਰਿਲੇਟਡ ਜ਼ਰੂਰ ਕਰਾਂਗੇ ਇੱਕ ਇਹ ਵੀ ਕੁਐਸਚਨ ਆ ਵੀ ਵਾਟ ਆਰ ਦੀ ਲਿਮਿਟੇਸ਼ਨਸ ਲਿਮਿਟੇਸ਼ਨਸ ਆਫ ਕੂਲਮਜ਼ ਲਾ ਹਾਂਜੀ ਲਿਮਿਟ ਕੂਲਮਜ਼ ਲਾ ਆਪਾਂ ਪੜ੍ਹਤਾ ਲਿਆ ਵੀ ਇਹ ਕੀ ਦੱਸਦਾ ਦੋ ਚਾਰजेस ਦੇ ਵਿੱਚ ਫੋਰਸ ਦੱਸਦਾ ਹੁਣ ਲਿਮਿਟੇਸ਼ਨ ਇਹਦੀ ਕੀ ਆ ਲਿਮਿਟੇਸ਼ਨ ਇਹ ਆ ਵੀ ਇਹ ਵੈਲਿਡ ਹੈਗਾ only for point charges it is valid only for point charges dusra eh sirf odo hi valid aa jadon sade kole jehde charges ne oho ik isolated system ch paye hon isolated system matlab onna de vich onna kise hor baharon kise electric field da onna de utte koi asar na hove ਹੁਣ ਮੇਰਾ ਕੁਐਸਚਨ ਇਹ ਆ ਵੀ ਵਾਈਟ ਇਟ ਇਜ਼ ਵੈਲਿਡ ਓਨਲੀ ਫਾਰ ਪੁਆਇੰਟ ਚਾਰਜ ਜੇ ਪੁਆਇੰਟ ਚਾਰਜ ਨਾ ਹੋਣ ਤਾਂ ਵੈਲਿਡਿਟੀ ਕਿਉਂ ਖਤਮ ਹੋ ਜਾਂਦੀ ਆ ਇਹ ਤੁਸੀਂ ਮੈਨੂੰ ਦੱਸਣਾ ਖਤਮ ਤਾਂ ਹੋ ਜਾਂਦੀ ਆ ਆਪਾਂ ਨੂੰ ਪਤਾ ਵੀ ਵੈਲਿਡ ਨਹੀਂ ਹੈਗਾ ਪਰ ਕਿਉਂ ਇਹਦਾ ਆਨਸਰ ਦਿਓ ਆਨਸਰ ਦਿਓ ਵਾਈ ਕੂਲਮਸ ਲਾ ਇਜ਼ ਨਾਟ ਵੈਲਿਡ ਫਾਰ ਬਿਗਰ ਚਾਰजेस ਹਾਂ ਵੀ ਦਿਓ ਆਨਸਰ ਲੜਾਓ ਦਿਮਾਗ ਹੁਣ ਇਹਦਾ ਜਵਾਬ ਆ ਜਿਹੜਾ ਉਹ ਇਹ ਆ ਵੀ ਜਿਹੜਾ ਕੂਲਮਜ਼ ਲਾ ਹੈਗਾ ਜਿਆਦਾ ਚਾਰਜਡ ਪਾਰਟੀਕल्स ਸਿਚੁਏਸ਼ਨ ਕੰਪਲੈਕਸ ਕਰ ਦਿੰਦਾ ਹੈ ਓਕੇ ਹੁਣ ਇਹ ਦੇਖ ਲਈ ਆਪਾਂ ਆਪਾਂ ਇਹ ਵੀ ਪੜਿਆ ਵੀ ਜਿਹੜਾ ਕੂਲਮਜ਼ ਫੋਰਸ ਹੈ ਡਿਸਟੈਂਸ ਨੀਅਰਲੀ ਇਕੁਅਲ ਟੂ ਸਾਈਜ਼ ਆਫ ਇਲੈਕਟ੍ਰੋਨ ਚਾਰजेस ਡਿਸਟ੍ਰਿਬਿਊਸ਼ਨ ਇਜ਼ ਨੋਟ ਸੇਮ ਓਕੇ ਚਲੋ ਆਪਾਂ ਡਿਸਕਸ ਕਰਦੇ ਆਂ ਇਸ ਪੁਆਇੰਟ ਨੂੰ ਆਪਾਂ ਇਹ ਕਿਹਾ ਵੀ ਕੋਲਮ ਲਾਜ਼ ਵੈਲਿਡ ਓਨਲੀ ਫਾਰ ਪੁਆਇੰਟ ਚਾਰजेस ਤੇ ਪੁਆਇੰਟ ਚਾਰਜ ਦੀ ਡੈਫੀਨੇਸ਼ਨ ਕੀ ਆ ਪੁਆਇੰਟ ਦੀ ਡੈਫੀਨੇਸ਼ਨ ਕੀ ਆ ਜਿਹਦੀਆਂ ਡਾਈਮੈਂਸ਼ਨਸ ਕੀ ਹੋਣ ਅਪਰੋਚਿੰਗ ਟੂ ਜ਼ੀਰੋ ਉਹਨੂੰ ਆਪਾਂ ਪੁਆਇੰਟ ਕਹਿੰਦੇ ਆ ਜਿਹਦੀਆਂ ਡਾਈਮੈਂਸ਼ਨਸ ਨੀਅਰਲੀ ਵੈਨਿਸ਼ਿੰਗ ਹੋਣ ਤੇ ਪੁਆਇੰਟ ਚਾਰਜ ਕੀ ਹੋ ਗਿਆ ਦਾ ਮਤਲਬ ਜੇ ਪੁਆਇੰਟ ਦੀਆਂ ਡਾਈਮੈਂਸ਼ਨਸ ਇਹ ਆ ਤਾਂ ਪੁਆਇੰਟ ਚਾਰਜ ਦੀ ਡਾਈਮੈਂਸ਼ਨ ਕੀ ਹੋਗੀ ਡੈਫੀਨੇਸ਼ਨ ਵੀ ਵੀ ਜਿਹਦਾ ਸਾਈਜ਼ ਆ ਜਿਹੜਾ ਉਹ ਕਿੰਨਾ ਹੋਵੇ ਅਪਰੋਚਿੰਗ ਟੂ 0 ਮਤਲਬ ਇਟ ਇਜ਼ ਨੀਅਰਲੀ ਇਕੁਅਲ ਟੂ 0 ਕਿਉਂ ਕੂਲਮਜ਼ ਲਾ ਆਪਾਂ ਇਹ ਵੀ ਪੜਿਆ ਵੀ ਇਹ ਇਨਵਰਸ ਸਕੇਅਰ ਲਾ ਹੈ ਇਹਦੇ ਵਿੱਚ ਫੋਰਸ ਆ ਜਿਹੜੀ ਇਟ ਡਿਪੈਂਡਸ ਔਨ ਦੀ ਇਨਵਰਸਲੀ ਐਸ ਸਕੁਅਰ ਆਫ ਦੀ ਡਿਸਟੈਂਸ ਤੇ ਨਾਲ ਸਾਨੂੰ ਇਹ ਵੀ ਪਤਾ ਵੀ ਇਹ ਇੱਕ ਸੈਂਟਰਲ ਫੋਰਸਸ ਦੇ ਸ਼੍ਰੇਣੀ ਦੇ ਵਿੱਚ ਆਉਂਦਾ ਕੂਲਮਜ਼ਲਾ ਦੀ ਜਿਹੜੀ ਫੋਰਸ ਆ ਇਹ ਸੈਂਟਰਲ ਫੋਰਸ ਆ ਜਿਹੜੇ ਵੀ ਯੂਨੀਵਰਸ ਕੇ ਲਾਅ ਦੀਆਂ ਫੋਰਸਸ ਹੁੰਦੀਆਂ ਨੇ ਉਹ ਸੈਂਟਰਲ ਫੋਰਸਸ ਹੁੰਦੀਆਂ ਮਤਲਬ ਦੋ ਬਾਡੀਜ਼ ਨੇ ਆ ਹੁਣ ਮੈਂ ਚਾਹੇ ਵੱਡੀਆਂ ਬਾਡੀਜ਼ ਬਣਾ ਲਈਆਂ ਇਹਨਾਂ ਦੇ ਜਿਹੜੇ ਸੈਂਟਰ ਨੇ ਤਾਂ ਇਹ ਉਹ ਫੋਰਸ ਇਟ ਐਕਟਸ ਟਵਰਡਸ ਦੀ ਸੈਂਟਰ ਆਫ ਅ ਬਾਡੀ ਦੋਨੇ ਬਾਡੀਜ਼ ਦੇ ਸੈਂਟਰ ਵੱਲ ਨੂੰ ਲੱਗਦੀਆਂ ਨੇ ਤੇ ਸੈਂਟਰ ਤੋਂ ਹੀ ਲੱਗਦੀਆਂ ਨੇ ਤਾਂ ਜੇਕਰ ਸੈਂਟਰ ਵੱਲ ਨੂੰ ਲੱਗਦੀਆਂ ਤੇ ਸੈਂਟਰ ਤੋਂ ਹੀ ਲੱਗਦੀਆਂ ਨੇ ਤੇ ਚਾਰਜ ਦੇ ਜੇ ਡਾਈਮੈਂਸ਼ਨਾਂ ਵੱਡੀਆਂ ਹੋ ਜਾਣਗੀਆਂ ਆਪਾਂ ਇਹ ਵੀ ਪੜਿਆ ਵੀ ਚਾਰਜ ਬਾਡੀਜ਼ ਦੇ ਹੀ ਸਰਫੇਸ ਤੇ ਹੀ ਰੈਜ਼ਾਈਡ ਕਰਦਾ ਹੈ ਗੁਰਮੀਤ ਸਿੰਘ ਕਹਿ ਰਿਹਾ ਬਿਕੋਜ਼ ਕੂਲਮਜ਼ ਲਾਜ਼ ਇਲੈਕਟ੍ਰੋਸਟੈਟਿਕ ਹੋਲਡਸ ਫਾਰ ਸਟੇਸ਼ਨਰੀ ਚਾਰजेस ਓਕੇ ਹਾਂ ਬੇਟੇ ਸਟੇਸ਼ਨਰੀ ਚਾਰਜ ਐਸੇ ਕਰਕੇ ਇਹਨੂੰ ਆਪਾਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਪੜ ਰਹੇ ਹਾਂ ਸਟੈਟਿਕਸ ਮੀਨ ਜਿਹੜੇ ਸਟੇਸ਼ਨਰੀ ਚਾਰਜ ਦੀ ਸਟਡੀ ਆ ਯੂ ਆ ਰਾਈਟ ਪਰ ਆਪਾਂ ਇਹ ਪੜ ਰਹੇ ਆ ਵੀ ਸੈਂਟਰ ਕਿਉਂ ਇਹ ਵੈਲਿਡ ਆ ਜੇਕਰ ਵੱਡੀਆਂ ਬਾਡੀਜ਼ ਹੋਣਗੀਆਂ ਤੇ ਚਾਰਜ ਬਾਡੀ ਦੇ ਸਰਫੇਸ ਦੇ ਉੱਤੇ ਰੈਜ਼ਾਈਡ ਕਰੂਗਾ ਤੇ ਸੈਂਟਰ ਤੋਂ ਹੀ ਫੋਰਸ ਲੱਗਦੀ ਆ ਤੇ ਸੈਂਟਰ ਤੇ ਤਾਕੀ ਲੱਗਦੀ ਆ ਤਾਂ ਫਿਰ ਆਰ ਆ ਜਿਹੜਾ ਤੁਸੀਂ ਉਹ ਕਿੱਥੋਂ ਲਾਉਂਗੇ ਤਾਂ ਇੱਥੇ ਸਾਡੇ ਕੋਲੇ ਜਿਹੜਾ ਇਹਦਾ ਆਨਸਰ ਬਣ ਜਾਏਗਾ ਉਹ ਸਹੀ ਨਹੀਂ ਬਣੇਗਾ ਆਰ ਬੋਡੀ ਦੀ ਸਰਫੇਸ ਤੋਂ ਲਵਾਂਗੇ ਜਾਂ ਸੈਂਟਰ ਤੋਂ ਲਵਾਂਗੇ ਇਹ ਜੇ ਦੂਜਾ ਕੇਸ ਆਪਾਂ ਦੇਖ ਲਈਏ ਜੇ ਆ ਵੀ ਪੁਆਇੰਟ ਚਾਰਜ ਆ ਇੱਧਰਲਾ ਵੀ ਪੁਆਇੰਟ ਚਾਰਜ ਆ ਫਿਰ ਪਹਿਲੇ ਚਾਰਜ ਦੀਆਂ ਡਾਈਮੈਂਸ਼ਨਾਂ ਵੀ ਵੈਨਿਸ਼ਿੰਗ ਨੇ ਦੂਜੇ ਚਾਰਜ ਦੀਆਂ ਡਾਈਮੈਂਸ਼ਨਾਂ ਵੀ ਵੈਨਿਸ਼ਿੰਗ ਨੇ ਤੇ ਜੇ ਆਪਾਂ ਸੈਂਟਰ ਤੋਂ ਡਿਸਟੈਂਸ ਲਵਾਂਗੇ ਦੈਨ ਇਟ ਵਿਲ ਗਿਵ ਅਸ ਅ ਐਕੂਰੇਟ ਰਿਜ਼ਲਟ ਕਿਉਂਕਿ ਸੈਂਟਰ ਟੂ ਸੈਂਟਰ ਫੋਰਸ ਲੱਗਣੀ ਆ ਤੇ ਚਾਰਜ ਵੀ ਸੈਂਟਰ ਤੇ ਹੀ ਪਿਆ ਕਿਉਂਕਿ ਡਾਈਮੈਂਸ਼ਨਾਂ ਛੋਟੀਆਂ ਨੇ ਸੋ ਇਸ ਕਰਕੇ ਕੂਲਮਜ਼ ਦਾ ਜਿਹੜਾ ਰਿਜ਼ਲਟ ਆਉਂਦਾ ਹੈ ਉਹ ਤਾਂ ਹੀ ਸਹੀ ਆਉਣਾ ਵੈਲਿਡਿਟੀ ਤਾਂ ਹੀ ਆ ਜੇਕਰ ਬਾਡੀਜ਼ ਸਾਡੀਆਂ ਪੁਆਇੰਟ ਬਾਡੀਜ਼ ਨੇ ਤੇ ਚਾਰਜ ਆ ਜਿਹੜਾ ਉਹ ਪੁਆਇੰਟ ਚਾਰਜ ਸੋ ਇਸ ਗੱਲ ਦਾ ਧਿਆਨ ਰੱਖਣਾ ਇੱਕ ਗੱਲ ਆਪਾਂ ਇੱਥੇ ਹੋਰ ਪੜ ਲਈਏ ਜਿਹੜੀ ਲੀਸਟ ਵੈਲਿਊ ਆਫ ਇਲੈਕਟ੍ਰੀਕਲ ਚਾਰਜ ਅਵੇਲੇਬਲ ਆ ਸਭ ਤੋਂ ਛੋਟੀ ਤੋਂ ਛੋਟੀ ਚਾਰਜ ਦੀ ਵੈਲਿਊ ਅਵੇਲੇਬਲ ਆ ਇਟ ਇਜ਼ 1.6 ਇੰਟੂ 10 रेस टू द पावर -19 कूलम मतलब जेड़ा चार्ज एक इलेक्ट्रॉन ਦੇ ਉੱਤੇ ਹੈ ਇਹੀ ਸਭ ਤੋਂ ਛੋਟੀ ਵੈਲਿਊ ਹੋ ਸਕਦੀ ਆ ਕੁਝ ਬੱਚਿਆਂ ਨੂੰ ਇਹ ਹੁੰਦਾ ਵੀ ਜੀ ਇਲੈਕਟ੍ਰੋਨ ਅੱਗੇ ਕੁਆਕ ਪਾਰਟੀਕਲਸ ਦਾ ਬਣਿਆ ਹੁੰਦਾ ਤੇ ਕੁਆਕ ਪਾਰਟੀਕਲਸ ਆ ਜਿਹੜੇ ਉਹਨਾਂ ਦੇ ਉੱਤੇ ਤਾਂ ਫ੍ਰੈਕਸ਼ਨਲ ਚਾਰਜ ਹੁੰਦਾ ਪਰ ਇੱਥੇ ਅਸੀਂ ਇਹ ਯਾਦ ਰੱਖਣਾ ਵੀ ਜਿਹੜਾ ਕੁਆਕ ਪਾਰਟੀਕਲਸ ਨੇ ਦੇ ਕੈਨ ਨਾਟ ਐਗਜ਼ਿਸਟ ਇੰਡੀਵਿਜੂਅਲੀ ਇਹ ਪੇਅਰਸ ਦੇ ਵਿੱਚ ਹੀ ਐਗਜ਼ਿਸਟ ਕਰਦੇ ਆ ਜਿਹੜਾ ਪੇਅਰ ਆ ਉਹ ਵੀ ਟੋਟਲ ਚਾਰਜ ਆ ਜਿਹੜਾ ਉਹ ਇੰਟੀਗਰਲ ਮਲਟੀਪਲ ਆਫ ਇਲੈਕਟ੍ਰੋਨ ਹੀ ਬਣਦਾ ਹੈ ਮਤਲਬ ਇਹ ਇਕੱਲੇ ਇਕੱਲੇ ਸਰਵਾਈਵ ਨਹੀਂ ਕਰਦੇ ਇਹ ਗਰੁੱਪਸ ਦੇ ਵਿੱਚ ਹੀ ਸਰਵਾਈਵ ਕਰਦੇ ਆ ਤੇ ਗਰੁੱਪ ਦਾ ਟੋਟਲ ਜਿਹੜਾ ਚਾਰਜ ਹੁੰਦਾ ਉਹ ਕਿੰਨਾ ਹੁੰਦਾ ਇਟ ਇਜ਼ ਅਗੇਨ ਕਵਾਂਟਾਈਜ਼ਡ ਕਵਾਂਟਾਈਜ਼ਡ ਮੀਨਸ ਇਟ ਇਜ਼ ਅਗੇਨ ਇੰਟੀਗਰਲ ਮਲਟੀਪਲ ਆਫ ਬੇਸਿਕ ਯੂਨਿਟ ਆਫ ਚਾਰਜ ਵਿਚ ਇਜ਼ ਇਲੈਕਟ੍ਰੋਨਿਕ ਚਾਰਜ ਹੁਣ ਇਹ ਛੋਟੇ ਛੋਟੇ ਕੁਐਸਚਨ ਇਦਾਂ ਦੇ ਆ ਸਕਦੇ ਆ ਇੱਕ ਕੁਐਸਚਨ ਇਦਾਂ ਦਾ ਹੀ ਹੋਰ ਆ ਜਿਹਨੂੰ ਅਸੀਂ ਕਹਿ ਦਿੰਨੇ ਆ ਸੁਪਰਪੋਜੀਸ਼ਨ ਪ੍ਰਿੰਸੀਪਲ ਵਾਟ ਇਜ਼ ਦੀ ਸੁਪਰਪੋਜੀਸ਼ਨ ਪ੍ਰਿੰਸੀਪਲ ਇਹਦਾ ਮਤਲਬ ਇਹ ਹੁੰਦਾ ਵੀ ਜੇ ਸਾਡੇ ਕੋਲੇ ਕੁਝ ਪੁਆਇੰਟ ਚਾਰਜ ਇਦਾਂ ਪਏ ਹੈਗੇ ਆ Q1 Q2 Q3 Q4 ਡਿਫਰੈਂਟ ਜਗ੍ਹਾ ਦੇ ਉੱਤੇ ਪਏ ਆਪ ਟੂ Q1 ਤਾਂ ਇਹਨਾਂ ਸਾਰਿਆਂ ਦਾ ਜੋ ਇਫੈਕਟ ਹੈ ਕਿਸੇ ਪੁਆਇੰਟ ਦੇ ਉੱਤੇ ਉਹ ਕੀ ਹੋਏਗਾ ਉਹ ਵੈਕਟਰ ਸਮ ਆਫ ਆਲ ਦੀ ਫੋਰਸਸ ਹੋਏਗਾ ਜਿਹੜੀ ਇੰਡੀਵਿਜੂਅਲ ਚਾਰਜ ਲਗਾ ਰਹੇ ਆ ਵੈਕਟਰ ਸਮ ਤਾਂ ਤੁਸੀਂ ਸਾਰੇ ਜਾਣੇ ਮਤਲਬ ਸਮਝਦੇ ਹੋ ਕਿ ਕੂਲਮਜ਼ ਫੋਰਸ ਆ ਜਿਹੜੀ ਉਹ ਫੋਰਸ ਇਸ ਅ ਵੈਕਟਰ ਕੁਆਂਟੀਟੀ ਆ ਸੋ ਇਸ ਕਰਕੇ ਜਿੱਧਰ ਜਿੱਧਰ ਨੂੰ ਅਸੀਂ ਵੈਕਟਰ ਉਹਦੇ ਲਵਾਂਗੇ ਤਾਂ ਦੇ ਦ ਫੋਰਸਸ ਕੈਨ ਬੀ ਐਡਡ ਬਾਈ ਆਈਦਰ ਯੂ ट्रायंगलਜ਼ ਲਾਅ ਆਫ ਵੈਕਟਰ ਐਡੀਸ਼ਨ ਔਰ ਪੈਰਲੋਗ੍ਰਾਮਜ਼ ਲਾਅ ਆਫ ਵੈਕਟਰ ਐਡੀਸ਼ਨ ਔਰ ਪੋਲੀਗਨਜ਼ ਲਾਅ ਆਫ ਵੈਕਟਰ ਐਡੀਸ਼ਨ ਸੋ ਉਹ ਸਾਰੀਆਂ ਗੱਲਾਂ ਤੁਸੀਂ ਧਿਆਨ ਰੱਖਣੀਆਂ ਨੇ ਇਹਦੇ ਵਿੱਚ ਇੱਕ ਕੁਐਸਚਨ ਇਹਦਾ ਇੱਥੇ ਵੀ ਆ ਜਾਂਦਾ ਡਿਫਾਈਨ 1 ਕੂਲਮ ਆਫ ਚਾਰਜ ਉਹ ਵੀ ਤੁਸੀਂ ਬੇਟੇ ਯਾਦ ਕਰ ਲੈਣਾ ਹੈ 1 ਕੂਲਮ ਦੀ ਡੈਫੀਨੇਸ਼ਨ ਇਹ ਵੀ ਪੇਪਰ ਦੇ ਵਿੱਚ 2 ਨੰਬਰ ਦੀ ਆ ਸਕਦੀ ਹੈ ਸੋ ਦਿਸ ਵਾਸ 올 अबाउट ਕੁਲਮਜ਼ ਲਾ ਕਿਉਂਕਿ ਇਹਦੇ ਵਿੱਚ ਛੋਟੇ ਕੁਐਸਚਨ ਨਹੀਂ ਆਉਣੇ ਆ 3 ਨੰਬਰ ਦਾ ਕੋਈ ਕੁਐਸਚਨ ਨਹੀਂ ਆਉਣਾ 5 ਨੰਬਰ ਦਾ ਕੁਐਸਚਨ ਆਉਣਾ ਹੈ ਉਹਦੇ ਵਿੱਚ ਤੁਸੀਂ ਕੁਲਮਜ਼ ਲਾ ਇਨ ਵੈਕਟਰ ਫਾਰਮ ਆ ਜਿਹੜਾ ਉਹ ਤਿਆਰੀ ਕਰ ਸਕਦੇ ਹੋ ਪੋਜੀਸ਼ਨ ਵੈਕਟਰ ਫਾਰਮ ਤੇ ਤਿਆਰੀ ਕਰ ਸਕਦੇ ਹੋ ਤੇ ਮਤਲਬ ਜਿਹੜਾ 5 ਨੰਬਰ ਦਾ ਕੁਐਸਚਨ ਆ ਉਹ 2 3 ਵੀ ਹੋ ਸਕਦਾ ਮਤਲਬ ਉਹਦੇ ਵਿੱਚ ਇੱਕ 2 ਨੰਬਰ ਦਾ ਕੁਐਸਚਨ ਤੇ ਇੱਕ 3 ਨੰਬਰ ਦਾ ਕੁਐਸਚਨ ਇਕੱਠਾ ਕਰਕੇ ਵੀ 5 ਨੰਬਰਾਂ ਦਾ ਬਣਾ ਕੇ ਪਾਇਆ ਜਾ ਸਕਦਾ ਤਾਂ ਤੁਸੀਂ ਉਹਦੇ ਵਾਸਤੇ ਵੀ ਪ੍ਰਪੇਅਰਡ ਰਹਿਣਾ ਹੈ ਤੇ ਅੱਜ ਦਾ ਜਿਹੜਾ ਲੈਕਚਰ ਆ ਉਹ ਆਪਾਂ ਇੱਥੇ ਹੁਣ ਖਤਮ ਕਰਦੇ ਆ ਤੁਹਾਡੇ ਜਿਹੜੇ ਕਮੈਂਟਸ ਨੇ ਉਹ ਮੈਂ ਸਾਰੇ ਬਾਅਦ ਦੇ ਵਿੱਚ ਫੇਰ ਵੀ ਦੇਖਾਂਗਾ ਜੇ ਕੋਈ ਕਮੀ ਪੇਸ਼ੀ ਰਹਿੰਦੀ ਆ ਜਾਂ ਕੋਈ ਕੁਐਸਚਨ ਦੀ ਤੁਹਾਨੂੰ ਕਲੈਰਟੀ ਨਹੀਂ ਹੋਈ ਤਾਂ ਉਹ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਸੇਜ ਕਰਕੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਆ ਵੀ ਤੁਹਾਨੂੰ ਲੈਕਚਰਸ ਪਸੰਦ ਆਇਆ ਹੋਵੇਗਾ Thank you very much.